हेलो फ्रेंड्स, वेलकम टू माय चैनल जजारा में सिमरन पंजाबी। मैं चैनल में खास तौर पे पंजाबी दे स्टूडेंट ले बनाया जो एंटी एग्जाम की तैयारी कर रहे ने ते इथे आके अपने एग्जाम की तैयारी कर सकते ने। इथे तानू डिफरेंट टाइप की इनफॉरमेशन प्रोवाइड करवाई जाएगी जो कि तुम्हारे एग्जाम वास्ते बहुत ही ज्यादा जरूरी है। इस तो अलावा तुसी अनअकैडमी ते जाके भी मेरी क्लासेस देख सकते हो। उथे काफी ज्यादा मेरे टॉपिक है, उथे जाके तुसी टॉपिक जड़े हैं डिटेल वाइज देख सकते हो। नाल दे नाल जिन्ने भी एमसीक्यूज है गए स्पेशल क्लासेस दे विच तुहानू मिलणगे जो कि फ्री ऑफ कॉस्ट होएगा। जिहड़े न्यू लर्नर्स है गए ने अगर वो एंट्री नहीं लै पा रहे स्पेशल क्लासेस दे विच तां रैफर कोड उत्थे Simu1 दिता होएगा जिसनों ऐड करके तुसी एंट्री लै सकते हो। अगर प्लस वाली क्लासेस लैनिया ने पेड वालिया तां भी तुसी इहो कोड यूज करना है ते अपने ਜਿਹੜਾ ਮੰਥ ਦੇ ਬਿਹਾਫ ਤੇ ਤੁਸੀਂ ਦੇਖ ਲੈਣਾ ਹੈ ਕਿਹੜਾ ਤੁਸੀਂ ਕੋਰਸ ਲੈਣਾ ਹੈ 3 ਮੰਥ ਦਾ ਜਾਂ ਫਿਰ 1 ਮੰਥ ਦਾ। ਹੁਣ ਇਹ ਵੀ ਹੈਗਾ ਹੈ ਕਿ ਅਗਰ 6 ਮੰਥ ਦਾ ਕੋਰਸ ਲੈਂਦੇ ਹੋ ਤੁਸੀਂ ਤਾਂ 2 ਮੰਥ ਫ੍ਰੀ ਉੱਥੇ ਤੁਹਾਨੂੰ ਮਿਲਣਗੇ। ਇਸ ਤੋਂ ਇਲਾਵਾ ਅਗਰ 12 ਮੰਥ ਦਾ ਕੋਰਸ ਲੈਂਦੇ ਹੋ ਤਾਂ ਪਲੱਸ 2 ਮੰਥ ਦਾ ਆਲਰੇਡੀ ਨਾਲ ਫ੍ਰੀ ਮਿਲੇਗਾ ਪੈਕੇਜ ਦੇ ਵਿੱਚ। ਨਾਲ ਤੁਹਾਨੂੰ ਅਗਰ ਤੁਸੀਂ ਰੈਫਰ ਕੋਡ ਯੂਜ਼ ਕਰਦੇ ਹੋ ਡਿਸਕਾਊਂਟ ਵੀ ਤੁਹਾਨੂੰ ਉੱਥੇ ਮਿਲੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਦੀ ਹਾਂ ਕਿ 5 ਸਪਤੰਬਰ ਤੋਂ ਸਾਡੀਆਂ ਜਿਹੜੀਆਂ ਹੈਗੀਆਂ ਨੇ ਕਲਾਸਿਸ ਉਹ ਨਿਊ ਸ਼ੁਰੂ ਹੋਣ ਲੱਗੀਆਂ ਨੇ ਤੇ ਉਹ ਵੀ ਤੁਸੀਂ ਸਪੈਸ਼ਲ ਕਲਾਸਿਸ ਦੇ ਵਿੱਚ ਦੇਖ ਸਕਦੇ ਹੋ। ਐਂਡ ਨਾਲ ਦੇ ਨਾਲ ਪਲੱਸ ਕੋਰਸ ਦੇ ਵਿੱਚ ਵੀ ਇਹ ਟੌਪਿਕ ਮੈਂ ਪੜ੍ਹਾਵਾਂਗੀ ਜੋ ਕਿ ਡਿਟੇਲ ਵਾਈਜ਼ ਹੋਣਗੀ 90 ਮਿੰਟਸ ਦੀ ਕਲਾਸ ਦੇ ਵਿੱਚ। ਉੱਥੇ ਪੂਰੇ ਦਾ ਪੂਰਾ ਪੜ੍ਹਾਇਆ ਜਾਏਗਾ ਬਟ ਸਪੈਸ਼ਲ ਕਲਾਸ ਦੇ ਵਿੱਚ ਸ਼ਾਰਟ ਫਾਰਮ ਦੇ ਵਿੱਚ ਉਹ ਸਾਰਾ ਕੁਝ ਮੈਂ ਕਰਵਾਵਾਂਗੀ। ਪੀਡੀਐਫ ਤੁਸੀਂ ਬਾਅਦ ਦੇ ਵਿੱਚ ਲੈ ਸਕਦੇ ਹੋ ਮੇਰੇ ਕੋਲੋਂ ਟੈਲੀਗ੍ਰਾਮ ਚੈਨਲ ਤੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਅੱਜ ਅਸੀਂ ਟੌਪਿਕ ਜਿਹੜਾ ਪੜਾਂਗੇ ਉਹ ਹੈਗਾ ਵਾ ਭਾਸ਼ਾ ਵਿਗਿਆਨ ਦੇ ਰੂਪ ਤੇ ਪ੍ਰਕਾਰ। ਪਿਛਲੇ ਕੁਝ ਸਮੇਂ ਵਿੱਚ ਕਹਿੰਦੇ ਭਾਸ਼ਾ ਵਿਗਿਆਨ ਨੇ ਕਾਫੀ ਪ੍ਰਗਤੀ ਕਰ ਲਈ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਭਾਸ਼ਾ ਵਿਗਿਆਨ ਇੱਕ ਮਹੱਤਵਪੂਰਨ ਵਿਸ਼ਾ ਹੋਣ ਕਰਕੇ ਸਾਰੇ ਅਧਿਆਤਮਕ ਆਲੋਚਕ ਤੇ ਚਿੰਤਕ ਇਸ ਖੇਤਰ ਵਿੱਚ ਕਿਰਿਆਸ਼ੀਲ ਹੋਏ ਨੇ। ਹੁਣ ਬਾਈ ਚਾਂਸ ਦੇਖੋ ਤੁਸੀਂ ਕਿ ਇੱਕ ਸਾਡੇ ਕੰਪਿਊਟਰ ਦਾ ਦੌਰ ਵੀ ਹੁਣ ਥੋੜ੍ਹਾ ਜਿਹਾ ਚੇਂਜ ਹੋ ਗਿਆ। ਪਹਿਲਾਂ ਸਾਡੇ ਕੋਲ ਕੰਪਿਊਟਰ ਐਪਲੀਕੇਸ਼ਨ ਜ਼ਿਆਦਾ ਪੜ੍ਹਾਈ ਜਾਂਦੀ ਸੀ ਬਟ ਹੁਣ ਕੀ ਹੈਗਾ ਵਾ ਕੰਪਿਊਟਰ ਸਾਇੰਸ ਜ਼ਿਆਦਾਤਰ ਸਾਨੂੰ ਲੱਗਦੀ ਹੈ। ਅਗਰ ਤੁਸੀਂ ਇਹ ਦੇਖਿਆ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਤੱਕ ਤਾਂ ਆਲਰੇਡੀ ਲੱਗਦੀਆਂ ਹੈਗੀਆਂ ਨੇ, ਪ੍ਰੈਫਰ ਕੀ ਕਰਦੇ ਆ ਸਾਇੰਸ ਕਿਉਂਕਿ ਉਹ ਹੁਣ ਉਸਦਾ ਆਧੁਨਿਕ ਰੂਪ ਆ ਗਿਆ। ਇਸੇ ਤਰੀਕੇ ਦੇ ਨਾਲ ਭਾਸ਼ਾ ਜਿਹੜੀ ਸੀ ਉਹ ਸਾਡੇ ਕੋਲ ਪੁਰਾਣੀ ਆ, ਵਿਗਿਆਨ ਜਿਹੜਾ ਹੈ ਉਸਦਾ ਆਧੁਨਿਕ ਰੂਪ ਆ ਗਿਆ ਤੇ ਇਸ ਕਰਕੇ ਹੁਣ ਕੀ ਗਿਆ ਯੂਨੀਵਰਸਿਟੀਆਂ ਦੇ ਵਿੱਚ ਕਾਲਜ ਦੇ ਵਿੱਚ ਇੱਕ ਵਿਸ਼ੇ ਦੇ ਤੌਰ ਤੇ ਕਾਫੀ ਮਹੱਤਵਪੂਰਨ ਹੋ ਚੁੱਕਾ ਹੈ ਤੇ ਬਹੁਤ ਸਾਰੇ ਜਿਹੜੇ ਆਲੋਚਕ ਹੈਗੇ ਨੇ ਚਾਹੇ ਉਹ ਕਿਸੇ ਵੀ ਵਿਗਿਆਨ ਦੇ ਨਾਲ ਸੰਬੰਧਿਤ ਹੋਣ ਉਹ ਵੀ ਹੁਣ ਕੀ ਕਹਿਵਾ ਇਸ ਦੇ ਵਿੱਚ ਆ ਗਏ। ਹਰ ਕੋਈ ਇਸ ਵਿਸ਼ੇ ਨੂੰ ਕੋਈ ਨਵਾਂ ਆਯਾਮ ਦੇਣ ਦਾ ਇੱਛੁਕ ਹੈ। ਕਈ ਵਿਦਵਾਨ ਦਾ ਇਹ ਵਿਚਾਰ ਹੁੰਦਾ ਹੈ ਕਿ ਪਹਿਲੀਆਂ ਰਚੀਆਂ ਗਈਆਂ ਪੁਸਤਕਾਂ ਵਿੱਚ ਪਹੁੰਚ ਵਿਧੀ ਜਿਹੜੀ ਹੈ ਦੋਸ਼ਪੂਰਨ ਜਾਂ ਕਮਜ਼ੋਰ ਹੈ ਕਿ ਪਹਿਲੀਆਂ ਜਿਹੜੀਆਂ ਰਚਨਾਵਾਂ ਰਚੀਆਂ ਗਈਆਂ ਹੈਗੀਆਂ ਨੇ ਜੋ ਕਿ ਇਸ ਖੇਤਰ ਦੇ ਵਿੱਚ ਹੈਗੀਆਂ ਨੇ ਉਹ ਕਾਫੀ ਦੋਸ਼ਪੂਰਨ ਹੈ ਤੇ ਜਾਂ ਫਿਰ ਕਹਿ ਲਓ ਸਲੋ ਹੋਣਗੀਆਂ। ਸੋ ਇਸ ਵਿਗਿਆਨ ਨੂੰ ਵਧੇਰੇ ਸਮਰੱਥ ਬਣਾਉਣ ਲਈ ਇਸ ਨਵੀਆਂ ਧਾਰਨਾਵਾਂ ਨਾਲ ਭਰਪੂਰਨ ਕਰਦੇ ਹਾਂ। ਓਕੇ, ਮੈਨੂੰ ਥੋੜ੍ਹਾ ਜਿਹਾ ਬੜਾ ਕਰ ਲੈਣ ਦਿਓ ਤਾਂ ਕਿ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਦਿਸ ਜਾਵੇ। ਓਕੇ, ਸੋ ਕੀ ਗਿਆ ਵਾ ਨਵੀਆਂ ਨਵੀਆਂ ਧਾਰਨਾਵਾਂ ਨਾਲ ਇਸ ਨੂੰ ਪਰਿਪੂਰਨ ਕਰਦੇ ਨੇ। ਵਿਸ਼ਵ ਭਰ ਵਿੱਚ ਭਾਸ਼ਾ ਵਿਗਿਆਨੀਆਂ ਨੇ ਹੇਠ ਲਿਖੇ ਅਨੁਸਾਰ ਆਪਣੇ ਆਪਣੇ ਸਕੂਲ ਜਾਂ ਪ੍ਰਕਾਸ਼ ਸਥਾਪਿਤ ਕੀਤੇ ਨੇ ਤੇ ਇਹਨਾਂ ਸਕੂਲਾਂ ਅਥਵਾ ਜਿਹੜਾ ਰੂਪਾਂ ਦੇ ਨਾਮ ਤੇ ਪ੍ਰਕਿਰਤੀ ਇਸ ਪ੍ਰਕਾਰ ਹੈ। ਇਸ ਦੇ ਵਿੱਚ ਤੁਹਾਨੂੰ ਵੱਖ ਵੱਖ ਜਿਹੜੇ ਹੈਗੇ ਨੇ ਭਾਸ਼ਾ ਵਿਗਿਆਨ ਦੇ ਰੂਪ ਹੈਗੇ ਨੇ ਉਹ ਵੀ ਪੜ੍ਹਨ ਨੂੰ ਮਿਲਣਗੇ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈਗੀ ਇਹਦੇ ਵਿੱਚ ਵਿਆਕਰਨਿਕ ਪਰੰਪਰਾਵਾਂ। ਭਾਸ਼ਾ ਵਿਗਿਆਨ ਦਾ ਮੁੱਢ ਵਿਆਕਰਨਿਕ ਪਰੰਪਰਾਵਾਂ ਦੇ ਨਾਲ ਬੱਝਦਾ ਹੈ। ਵਿਆਕਰਨ ਦੁਆਰਾ ਕਿਸੇ ਭਾਸ਼ਾ ਦੇ ਸ਼ੁੱਧ ਸਰੂਪ ਬਣਤਰ ਦਾ ਉਲੇਖ ਕੀਤਾ ਜਾਂਦਾ ਹੈ। ਸੋ ਵਿਆਕਰਨ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਇਸ ਦੇ ਵਿੱਚ ਨਿਯਮ ਹੁੰਦੇ ਨੇ ਜਿਹੜੇ ਕਿ ਇੱਕ ਭਾਸ਼ਾ ਨੂੰ ਸ਼ੁੱਧ ਤਰੀਕੇ ਦੇ ਨਾਲ ਬੋਲਣ ਜਾਂ ਲਿਖਣ ਦੇ ਵਿੱਚ ਕੰਮ ਆਉਂਦੇ ਨੇ। ਦੂਜੇ ਪੜਾਅ ਵਿੱਚ ਭਾਸ਼ਾ ਸ਼ਾਸਤਰ ਜਿਹੜਾ ਸਾਡੇ ਕੋਲ ਅੱਗੇ ਆਉਂਦਾ ਹੈ। ਇੱਕ ਜਰਮਨ ਵਿਦਵਾਨ ਜਿਹੜੇ ਕਿ ਸਾਡੇ ਕੋਲ ਨਾਮ ਉਹਨਾਂ ਦਾ ਹੈ ਫਰੈਡਰਿਕ ਅਗਸਟ ਵੋਲਫ, ਉਹਨਾਂ ਨੇ 1777 ਦੇ ਵਿੱਚ ਫਿਲਾਲੋਜੀ ਦੀ ਲਹਿਰ ਦਾ ਆਰੰਭ ਕੀਤਾ ਜੋ ਕਿ ਅਸੀਂ ਪਿਛਲੀ ਵੀਡੀਓਸ ਦੇ ਵਿੱਚ ਵੀ ਪੜਿਆ ਆਇਆ ਵਾ। ਇਸ ਲਹਿਰ ਦਾ ਮੁੱਖ ਉਦੇਸ਼ ਕੀ ਸੀ? ਕਲਾਸੀਕਲ ਭਾਸ਼ਾਵਾਂ ਦੇ ਲਿਖਤੀ ਪਾਠਾਂ ਦਾ ਅਧਿਐਨ ਕਰਕੇ ਸੰਬੰਧਿਤ ਭਾਸ਼ਾ ਦੀ ਜਾਣ ਪਛਾਣ ਕਰਵਾਈ ਜਾਵੇ ਕਿ ਕਲਾਸੀਕਲ ਜਿਹੜੀਆਂ ਭਾਸ਼ਾਵਾਂ ਹੈਗੀਆਂ ਨੇ ਸਾਡੇ ਕੋਲ ਉਹਨਾਂ ਦੇ ਲਿਖਤੀ ਪਾਠਾਂ ਦਾ ਅਧਿਐਨ ਕਰਕੇ ਸੰਬੰਧਿਤ ਭਾਸ਼ਾ ਦੀ
ਜਾਣ ਪਛਾਣ ਕਰਵਾਈ ਜਾਵੇ। ਪਾਠਾਂ ਦਾ ਤੁਲਨਾਤਮਕ ਅਧਿਐਨ ਵੀ ਇਸ ਪ੍ਰਣਾਲੀ ਦੇ ਵਿੱਚ ਹੀ ਸ਼ਾਮਿਲ ਸੀ, ਕਿਉਂਕਿ ਤੁਲਨਾ ਜੋ ਕੀਤੀ ਜਾਂਦੀ ਸੀ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਜਦੋਂ ਕਲਾਸੀਕਲ ਭਾਸ਼ਾਵਾਂ ਦੇ ਤੁਲਨਾਤਮਕ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਤੁਲਨਾਤਮਕ ਭਾਸ਼ਾ ਸ਼ਾਸਤਰ ਦੀ ਰਚਨਾ ਹੋਈ। ਹੁਣ ਦੇਖੋ ਪੁਰਾਣੀਆਂ ਜਿਹੜੀਆਂ ਭਾਸ਼ਾਵਾਂ ਦੀ ਉਹਨੂੰ ਉਹਨਾਂ ਨੇ ਕਲਾਸੀਕਲ ਦੇ ਵਿੱਚ ਰੱਖ ਲਿਆ ਤੇ ਕਹਿੰਦੇ ਕਿ ਜਦੋਂ ਇਹਨਾਂ ਦੇ ਤੁਲਨਾ ਦੀ ਗੱਲ ਆਉਂਦੀ ਹੈ ਤਾਂ ਉਹ ਤੁਲਨਾ ਜਿਸ ਦੇ ਵਿੱਚ ਕੀਤੀ ਜਾਂਦੀ ਹੈ ਉਹ ਆ ਜਾਂਦਾ ਸਾਡੇ ਕੋਲ ਤੁਲਨਾਤਮਕ ਭਾਸ਼ਾ ਸ਼ਾਸਤਰ। ਇਸ ਪ੍ਰਸੰਗ ਵਿੱਚ ਜਿਨ੍ਹਾਂ ਵਿਦਵਾਨਾਂ ਨੇ ਜਿਹੜਾ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਦੇ ਵਿੱਚ ਹੈਗੇ ਸਾਡੇ ਕੋਲ ਵਿਲੀਅਮ ਜੋਨਸ, ਜੈਕਬ ਗ੍ਰਿਮ, ਮੈਕਸ ਮੁੱਲਰ ਆਦਿ ਦਾ ਨਾਮ ਆਉਂਦੇ ਨੇ ਤੇ ਇਸ ਪੜਾਅ ਤੇ ਸੰਸਕ੍ਰਿਤ, ਗ੍ਰੀਕ, ਲੈਟਿਨ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦਾ ਤੁਲਨਾਤਮਕ ਅਧਿਐਨ ਕਰਕੇ ਵੱਖ ਵੱਖ ਭਾਸ਼ਾ ਦੀ ਇਤਿਹਾਸਿਕਤਾ ਤੇ ਪ੍ਰਸੰਗਿਕਤਾ ਦਾ ਵਰਣਨ ਕੀਤਾ ਜਾਂਦਾ ਹੈ। ਜਿਵੇਂ ਕਿ ਦੋ ਅਗਰ ਕੰਪੈਰੀਜ਼ਨ ਕਰੀਏ ਅਸੀਂ ਭਾਸ਼ਾਵਾਂ ਦਾ ਤਾਂ ਉਸਦੇ ਵਿੱਚ ਕੀ ਆ ਜਾਂਦਾ, ਸਾਡੇ ਕੋਲ ਇਹ ਵੀ ਨਿਕਲ ਕੇ ਆ ਜਾਂਦਾ ਕਿ ਇਹਨਾਂ ਦੀ ਇਤਿਹਾਸਿਕਤਾ ਕੀ ਹੈ, ਮਤਲਬ ਇਹ ਕਿੰਨੀਆਂ ਕੁ ਪੁਰਾਣੀਆਂ ਹੈਗੀਆਂ ਨੇ, ਇੱਕ ਕਿੰਨੀ ਪੁਰਾਣੀ ਹੈ ਤੇ ਦੂਸਰੀ ਕਿੰਨੀ ਪੁਰਾਣੀ ਹੈ। ਜਦੋਂ ਅਸੀਂ ਪੁਰਾਣੀਆਂ ਦੇ ਬਾਰੇ ਗੱਲ ਕਰਦੇ ਹਾਂ ਫਿਰ ਸਾਨੂੰ ਇਹ ਵੀ ਹੁੰਦਾ ਵਾ ਇਹਨਾਂ ਦਾ ਵਿਕਾਸ ਕਿਵੇਂ ਹੋਇਆ ਤੇ ਇਹਨਾਂ ਦੇ ਵਿੱਚ ਕੀ ਚੇਂਜਸ ਜਿਹੜੇ ਆਉਂਦੇ ਨੇ। ਸੋ ਇਹਨਾਂ ਸਾਰਿਆਂ ਦਾ ਜਿਹੜਾ ਹੈਗਾ ਵਾ ਇਸ ਪੜਾਅ ਤੇ ਤੁਲਨਾਤਮਕ ਅਧਿਐਨ ਜਿਹੜਾ ਕੀਤਾ ਜਾਂਦਾ ਹੈ। ਜੌਨ ਲਾਇਨਸ ਨੇ ਗ੍ਰੀਕੋ ਰੋਮਨ ਪਰੰਪਰਾਵਾਂ ਦੇ ਨਾਲ ਨਾਲ ਸੰਸਕ੍ਰਿਤ ਵਿਆਕਰਨ ਦੀ ਗੌਰਵਮਈ ਪਰੰਪਰਾ ਦਾ ਵੀ ਉਹਨਾਂ ਨੇ ਉਲੇਖ ਕੀਤਾ ਹੈ। ਉਸ ਅਨੁਸਾਰ ਭਾਰਤੀ ਵਿਆਕਰਨ ਪਰੰਪਰਾ ਨਾ ਕੇਵਲ ਗ੍ਰੀਕੋ ਰੋਮਨ ਪਰੰਪਰਾ ਤੋਂ ਪ੍ਰਾਚੀਨ ਤੇ ਸੁਤੰਤਰ ਹੈ ਬਲਕਿ ਇਹ ਆਪਣੀਆਂ ਪ੍ਰਾਪਤੀਆਂ ਕਾਰਨ ਕਥਿਤ ਪਰੰਪਰਾ ਨਾਲੋਂ ਵੀ ਸ਼੍ਰੇਸ਼ਟ ਹੈ। ਹੁਣ ਸੰਸਕ੍ਰਿਤ ਵਿਆਕਰਨ ਦੀ ਉਹਨਾਂ ਨੇ ਗੱਲ ਕੀਤੀ ਗਈ ਹੈ ਇੱਥੇ। ਸੰਸਕ੍ਰਿਤ ਵਿਆਕਰਨ ਜਿਹੜੀ ਕਿ ਇੱਧਰ ਭਾਰਤ ਦੇ ਵਿੱਚ ਸਾਨੂੰ ਮਿਲਦੀ ਕੀ ਹੈ ਤੇ ਜੌਨ ਲਾਇਨਸ ਨੇ ਇਹਨਾਂ ਦਾ ਇੱਕ ਸਮਰਥਨ ਕੀਤਾ ਹੈ। ਕਹਿੰਦੇ ਕਿ ਭਾਰਤੀ ਵਿਆਕਰਨ ਪਰੰਪਰਾ ਨਾ ਕੇਵਲ ਗ੍ਰੀਕੋ ਰੋਮਨ ਪਰੰਪਰਾ ਤੋਂ ਪ੍ਰਾਚੀਨ ਤੇ ਸੁਤੰਤਰ ਹੈ ਬਲਕਿ ਇਹ ਕੀ ਹੈ ਸਭ ਨਾਲੋਂ ਸ਼੍ਰੇਸ਼ਟ ਵੀ ਮੰਨੀ ਜਾਂਦੀ ਹੈ। ਜੌਨ ਲਾਇਨਸ ਅਨੁਸਾਰ ਪਾਣਿਨੀ ਦਾ ਸੰਸਕ੍ਰਿਤ ਵਿਆਕਰਨ ਅਸ਼ਟਾਧਿਆਈ ਸ਼ਬਦ ਰਚਨਾ ਵਿੱਚ ਪਰਿਪੂਰਨਤਾ, ਅੰਦਰੂਨੀ ਇਕਸੁਰਤਾ ਤੇ ਵਰਣਨ ਲਈ ਸੰਖੇਪਤਾ ਦੀ ਦ੍ਰਿਸ਼ਟੀ ਤੋਂ ਇਤਨਾ ਉਤਕ੍ਰਿਸ਼ਟ ਹੈ ਕਿ ਹੁਣ ਤੱਕ ਕਿਸੇ ਵੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਵਿਆਕਰਨ ਇਸ ਦਾ ਮੁਕਾਬਲਾ ਨਹੀਂ ਕਰ ਪਾਇਆ। ਸੋ ਸੰਸਕ੍ਰਿਤ ਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਪਾਣਿਨੀ ਦਾ ਸਾਡੇ ਕੋਲ ਇੱਕ ਅਸ਼ਟਾਧਿਆਈ ਮਿਲਦਾ ਹੈ ਜੋ ਕਿ ਇੱਕ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਕਹਿ ਲਓ ਜਾਂ ਫਿਰ ਇੱਕ ਦ੍ਰਿੜ ਕਹਿ ਸਕਦੇ ਹੋ ਤੁਸੀਂ ਕਿ ਇੰਨਾ ਵਿਸ਼ਾਲ ਇਹੋ ਜਿਹਾ ਵਿਆਕਰਨ ਲਿਖਿਆ ਗਿਆ ਕਿ ਅੱਜ ਤੱਕ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ ਲਿਖਿਆ ਗਿਆ। ਸਹੀ ਗੱਲ ਤਾਂ ਇਹ ਹੈ ਕਿ 19ਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਕਿੰਨੇ ਹੀ ਅਜਿਹੇ ਸੰਕਲਪ ਨੇ ਜਿਹੜੇ ਕਿ ਭਾਰਤੀ ਵਿਆਕਰਨਕਾਰਾਂ ਦੇ ਸਿਧਾਂਤ ਤੋਂ ਲਏ ਗਏ ਨੇ। ਸੋ ਕਹਿੰਦੇ ਕਿ 19ਵੀਂ ਸਦੀ ਦੇ ਵਿੱਚ ਜਿਹੜਾ ਭਾਸ਼ਾ ਵਿਗਿਆਨ ਜਿਹੜਾ ਅੱਜ ਅਸੀਂ ਪੜ੍ਹਦੇ ਪਏ ਹਾਂ ਕਿੰਨੇ ਸਾਰੇ ਇਹੋ ਜਿਹੇ ਸੰਕਲਪ ਹੈ ਜਿਹੜੇ ਕਿ ਪੁਰਾਣੇ ਤੋਂ ਪੁਰਾਣੇ ਜਿਹੜੇ ਸਾਡੇ ਵਿਗਿਆਨੀ ਸੀ ਜਾਂ ਵਿਦਵਾਨ ਸੀ ਉਹਨਾਂ ਨੇ ਦਿੱਤੇ ਨੇ ਤੇ ਭਾਰਤ ਵਿੱਚ ਨਿਯੁਕਤ ਇੱਕ ਬਰਤਾਨਵੀ ਜੱਜ ਜਿਹੜੇ ਸੀ ਸਰ ਵਿਲੀਅਮ ਜੋਨਸ ਨੇ ਵੀ ਸੰਸਕ੍ਰਿਤ ਭਾਸ਼ਾ ਦੀ ਜਿਹੜੀ ਅਮੀਰੀ ਜਾਂ ਫਿਰ ਉਹਨਾਂ ਦੀ ਵਡਿਆਈ ਨੂੰ ਵੀ ਸਵੀਕਾਰਿਆ ਸੀ। ਸੋ ਇਹ ਸਾਡੇ ਕੋਲ ਫਸਟ ਹੋ ਗਿਆ। ਸੈਕਿੰਡ ਆ ਜਾਂਦਾ ਸਾਡੇ ਕੋਲ ਇਤਿਹਾਸਿਕ ਭਾਸ਼ਾ ਵਿਗਿਆਨ ਕੀ ਹੈਗਾ। ਕਹਿੰਦੇ ਕਿ ਇਤਿਹਾਸਿਕ ਭਾਸ਼ਾ ਵਿਗਿਆਨ ਸਮੇਂ ਦੇ ਬੀਤਣ ਨਾਲ ਕਿਸੇ ਭਾਸ਼ਾ ਵਿੱਚ ਹੋਣ ਵਾਲੇ ਵਿਕਾਸ ਨੂੰ ਆਪਣੇ ਅਧਿਐਨ ਵਿਸ਼ਲੇਸ਼ਣ ਦਾ ਜਿਹੜਾ ਵਿਸ਼ਾ ਬਣਾਉਂਦਾ ਹੈ ਕਿ ਪਹਿਲਾਂ ਇੱਕ ਜਿਹੜੀ ਭਾਸ਼ਾ ਸੀ ਉਹ ਕਿਸ ਤਰ੍ਹਾਂ ਦੀ ਸੀ, ਉਸਦੇ ਵਿੱਚ ਕੀ ਚੇਂਜਸ ਆਏ ਦੁਨੀਆ ਦੇ ਪੱਖ ਤੋਂ, ਅੱਖਰ ਹਰ ਇੱਕ ਤਰੀਕੇ ਤੋਂ। ਤਾਂ ਉਹ ਭਾਸ਼ਾ ਜਿਹੜੀ ਹੈ ਇਹ ਇਸਦਾ ਵਿਸ਼ਲੇਸ਼ਣ ਕਰਨਾ ਹੀ ਅਸੀਂ ਇਤਿਹਾਸਿਕ ਭਾਸ਼ਾ ਵਿਗਿਆਨ ਦੇ ਅੰਤਰਗਤ ਆਉਂਦੇ ਹਾਂ। ਜਿਵੇਂ ਹੀ ਮਨੁੱਖ ਦੀ ਭਾਸ਼ਾ ਦੇ ਸਰੂਪ ਤੇ ਮਹੱਤਵ ਵਿੱਚ ਰੁਚੀ ਪੈਦਾ ਹੋਈ, ਉਸ ਨੇ ਇਤਿਹਾਸਿਕ ਭਾਸ਼ਾ ਵਿਗਿਆਨ ਨੂੰ ਆਪਣੀ ਜਗਿਆਸਾ ਦਾ ਕੇਂਦਰ ਬਣਾ ਲਿਆ ਕਿ ਜਿਵੇਂ ਹੀ ਮਨੁੱਖ ਦੀ ਇੱਕ ਰੁਚੀ ਪੈਦਾ ਹੋਈ ਕਿ ਮੈਂ ਕਿਸੇ ਭਾਸ਼ਾ ਦੇ ਬਾਰੇ ਜਾਣਾ, ਉਸਨੇ ਕੀ ਕੀਤਾ ਇਤਿਹਾਸਿਕ ਭਾਸ਼ਾ ਵਿਗਿਆਨ ਨੂੰ ਇੱਕ ਵਿਸ਼ਾ ਬਣਾ ਲਿਆ ਕਿ ਪੁਰਾਣੀਆਂ ਤੋਂ ਪੁਰਾਣੀਆਂ ਭਾਸ਼ਾਵਾਂ ਦੇ ਇਤਿਹਾਸ ਦੀ ਜਾਣਕਾਰੀ ਮੈਂ ਇੱਥੋਂ ਲੈ ਸਕਾਂ। ਡੇਵਿਡ ਕ੍ਰਿਸਟਲ ਇਤਿਹਾਸਿਕ ਭਾਸ਼ਾ ਵਿਗਿਆਨ ਨੂੰ ਪਰਿਭਾਸ਼ਿਤ ਕਰਦੇ ਲਿਖਦੇ ਨੇ, ਇਹ ਜ਼ਰੂਰ ਹੁਣ ਤੁਸੀਂ ਧਿਆਨ ਦੇ ਨਾਲ ਦੇਖਣਾ ਕਿਉਂਕਿ ਇਹਨਾਂ ਦੇ ਜਿਹੜੇ ਕਥਨ ਹੁੰਦੇ ਨੇ ਇਹੋ ਬਣ ਕੇ ਆਏ ਨੇ। ਭਾਸ਼ਾ ਵਿਗਿਆਨ ਦੀ ਇੱਕ ਇਹ ਭਾਸ਼ਾ ਵਿਗਿਆਨ ਦੀ ਇੱਕ ਅਜਿਹੀ ਸ਼ਾਖ ਹੈ ਜੋ ਇਕਾਲਕੀ ਭਾਸ਼ਾ ਦੇ ਬਹੁਤ ਸਾਰੇ ਸਕੂਲਾਂ, ਸਮਾਜਿਕ ਭਾਸ਼ਾ ਵਿਗਿਆਨ ਤੇ ਮਨੋਭਾਸ਼ਾ ਵਿਗਿਆਨ ਦੀਆਂ ਬਹੁਤ ਹੀ ਵਿਧੀਆਂ ਦਾ ਪ੍ਰਯੋਗ ਕਰਦਾ ਹੈ ਤੇ ਭਾਸ਼ਾ ਪਰਿਵਰਤਨ ਉੱਪਰ ਆਪਣੀ ਦ੍ਰਿਸ਼ਟੀ ਨੂੰ ਕੀ ਹੈ ਕੇਂਦਰਿਤ ਕਰਦਾ ਹੈ। ਸੋ ਡੇਵਿਡ ਕ੍ਰਿਸਟਲ ਜਿਹੜੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਭਾਸ਼ਾ ਵਿਗਿਆਨ ਦੇ ਬਾਰੇ ਕਿ ਇਹ ਇੱਕ ਅਜਿਹੀ ਇਕਾਲਕੀ ਭਾਸ਼ਾ ਵਿਗਿਆਨ ਦੇ ਇਕਾਲਕ ਦਾਇਰੇ ਵਿੱਚ ਆ ਜਾਂਦੀ ਹੈ ਸਿਰਫ ਇੱਕ ਦੀ ਜਿਸਦੇ ਵਿੱਚ ਗੱਲ ਕੀਤੀ ਜਾਵੇ। ਤੋ ਇਕਾਲਕੀ ਦਾ ਮਤਲਬ ਆ ਜਾਂਦਾ ਜਿੱਥੇ ਦੋ ਦੀ ਗੱਲ ਕੀਤੀ ਜਾਂਦੀ ਹੈ, ਜਿਵੇਂ ਦੋ ਦੇ ਵਿੱਚ ਕੰਪੈਰੀਜ਼ਨ ਕਰਨਾ ਭਾਸ਼ਾ ਦੇ ਵਿੱਚ ਉਹ ਇਕਾਲਕੀ ਦੇ ਵਿੱਚ ਆ ਜਾਂਦਾ
ਜਿੱਥੇ ਸਿਰਫ ਅਸੀਂ ਇੱਕ ਦੇ ਬਾਰੇ ਗੱਲ ਕਰਦੇ ਹਾਂ, ਸਾਡੇ ਕੋਲ ਇੱਕ ਅਲੱਗ ਦੇ ਵਿੱਚ ਆਏਗਾ। ਸੋ ਇਹ ਸਾਰੇ ਸਕੂਲਾਂ ਸਮਾਜਿਕ ਭਾਸ਼ਾ ਵਿਗਿਆਨ, ਮਨੋਭਾਸ਼ਾ ਵਿਗਿਆਨ ਦੀਆਂ ਵਿਧੀਆਂ ਦਾ ਇਹ ਪ੍ਰਯੋਗ ਕਰਦਾ ਹੈ, ਤੇ ਭਾਸ਼ਾ ਦੇ ਵਿੱਚ ਇਤਿਹਾਸ ਜੋ ਹੈਗਾ ਵਾ ਸਾਡੇ ਕੋਲ, ਕਿ ਪਹਿਲਾਂ ਕੀ ਹੈਗਾ ਸੀ, ਹੁਣ ਕੀ ਚੇਂਜਸ ਆਏ। ਸੋ ਇਹ ਪਰਿਵਰਤਨ ਨੂੰ ਆਪਣੀ ਦ੍ਰਿਸ਼ਟੀ ਦੇ ਕੇਂਦਰਿਤ ਕਰਦਾ ਹੈ। ਉਸ ਤੋਂ ਬਾਅਦ ਲਹਿਮਾਨ ਜਿਹੜੇ ਨੇ ਉਹ ਵੀ ਇਸ ਵਿਗਿਆਨ ਨੂੰ ਪ੍ਰਭਾਸ਼ਿਤ ਕਰਦਾ ਲਿਖਿਆ ਹੈ ਕਿ ਇਸ ਦੁਆਰਾ ਅਸੀਂ ਦੋ ਕਾਲ ਬਿੰਦੂਆਂ ਦੇ ਦਰਮਿਆਨ ਇੱਕ ਭਾਸ਼ਾ ਵਿੱਚ ਆਏ ਪਰਿਵਰਤਨ ਬਾਰੇ ਅਧਿਐਨ ਕਰ ਸਕਦੇ ਹਾਂ। ਹੌਕੇਟ ਵੀ ਜਿਹੜੇ ਗਏ ਸੀ ਉਹਨਾਂ ਦੇ ਦੁਆਰਾ ਵੀ ਇਹ ਗੱਲ ਜਿਹੜੀ ਕਹੀ ਗਈ ਹੈਗੀ ਹੈ। ਉਸ ਤੋਂ ਬਾਅਦ ਆ ਜਾਂਦਾ ਗਵਾ ਇਤਿਹਾਸ ਦੇ ਵੱਖ ਵੱਖ ਕਾਲਾਂ ਦੇ ਵਿੱਚ ਪ੍ਰਚਲਿਤ ਤੇ ਪ੍ਰਫੁੱਲਿਤ ਹੋਈਆਂ ਭਾਸ਼ਾਵਾਂ ਦੇ ਅਧਿਐਨ ਲਈ ਅਸੀਂ ਹੇਠ ਲਿਖੇ ਵਿਸ਼ਿਆਂ ਜਾਂ ਵਿਧੀਆਂ ਦੇ ਉੱਪਰ ਕੰਮ ਕੀਤਾ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਅਧਿਐਨ ਇਤਿਹਾਸਿਕ ਭਾਸ਼ਾ ਵਿਗਿਆਨ ਦੇ ਵਿੱਚ ਜਿਸ ਜਿਸ ਚੀਜ਼ਾਂ ਜਾਂ ਵਿਸ਼ਿਆਂ ਨੂੰ ਲਿਆ ਹੈ ਜਾਂ ਫਿਰ ਜਿਹੜੀਆਂ ਵਿਧੀਆਂ ਦਾ ਪ੍ਰਯੋਗ ਕੀਤਾ, ਉਹ ਇਸ ਪ੍ਰਕਾਰ ਦੇ ਭਾਸ਼ਾ ਵਿਗਿਆਨ ਆ ਜਾਂਦੇ ਨੇ, ਭਾਸ਼ਾ ਪਰਿਵਰਤਨ ਆ ਜਾਂਦੇ ਨੇ, ਆਂਤਰਿਕ ਪੁਨਰ ਨਿਰਮਾਣ, ਉਸ ਤੋਂ ਬਾਅਦ ਉਪਭਾਸ਼ਾ ਭੂਗੋਲ, ਭਾਸ਼ਾ ਕਾਲਕ੍ਰਮ ਵਿਗਿਆਨ, ਤੁਲਨਾਤਮਕ ਅਧਿਐਨ ਵਿਧੀ। ਇਤਿਹਾਸਿਕ ਭਾਸ਼ਾ ਵਿਗਿਆਨ ਭਾਸ਼ਾ ਵਿਗਿਆਨ ਦੀ ਕਹਿੰਦੇ ਇੱਕ ਮਹੱਤਵਪੂਰਨ ਸ਼ਾਖਾ ਹੈ। ਇਹ ਵਿਗਿਆਨ ਜਿਹੜੀਆਂ ਵਿਭਿੰਨ ਭਾਸ਼ਾਵਾਂ ਦੇ ਪਰਸਪਰ ਸਾਂਝਾ ਦੇ ਪ੍ਰਮਾਣਿਕ ਵਿਵਰਣ ਪੇਸ਼ ਕਰਕੇ ਇਹਨਾਂ ਦੇ ਪ੍ਰਜਨਨ ਸਰੋਤਾਂ ਦੀਆਂ ਸਥਿਤੀਆਂ ਬਾਰੇ ਬਹੁਮੁੱਲੀ ਰਚਨਾ ਪ੍ਰਦਾਨ ਕਰਦੇ ਨੇ। ਕੀ ਗਵਾ ਕਿ ਇਹ ਜਿਹੜਾ ਵਿਗਿਆਨ ਇਹ ਵੱਖ ਵੱਖ ਭਾਸ਼ਾਵਾਂ ਦੇ ਜਿਹੜੀਆਂ ਸਾਂਝਾ ਉਹਨਾਂ ਦੇ ਵਿਵਰਣ ਨੂੰ ਪੇਸ਼ ਕਰਦੀਆਂ ਨੇ, ਨਾਲ ਦੇ ਨਾਲ ਇੱਕ ਭਾਸ਼ਾ ਕਿਵੇਂ ਜਨਮ ਲੈਂਦੀ ਹੈ ਇਹਨਾਂ ਸਾਰੀਆਂ ਸਥਿਤੀਆਂ ਦੇ ਬਾਰੇ ਇੱਥੇ ਗੱਲ ਕੀਤੀ ਜਾ ਰਹੀ ਹੈ। ਪੂਰਵ ਇਤਿਹਾਸਿਕ ਯੁੱਗ ਵਿੱਚ ਭਾਸ਼ਾਵਾਂ ਦੀ ਬਣਤਰੀ ਪ੍ਰਕਿਰਿਆ ਵਿੱਚ ਤਤਕਾਲੀ ਸਮਾਜਿਕ, ਮਨੋਵਿਗਿਆਨਿਕ, ਸੱਭਿਆਚਾਰਕ ਤੇ ਵਿਚਾਰਧਾਰਕ ਪਰਿਸਥਿਤੀਆਂ ਦਾ ਰੋਲ ਕਿਹੜੀ ਕਿਰਿਆ ਪ੍ਰਤੀਕਿਰਿਆ ਰਾਹੀਂ ਅਸਰ ਅੰਦਾਜ਼ ਹੋਇਆ ਹੈ ਕਿ ਪੂਰਵ ਇਤਿਹਾਸਿਕ ਯੁੱਗ ਜਿਹੜਾ ਸਾਡਾ ਪੁਰਾਣਾ ਯੁੱਗ ਹੈਗਾ ਵਾ ਉਸ ਦੇ ਵਿੱਚ ਭਾਸ਼ਾਵਾਂ ਦੀ ਬਣਤਰੀ ਪ੍ਰਕਿਰਿਆ ਦੇ ਵਿੱਚ, ਮਤਲਬ ਜਦੋਂ ਭਾਸ਼ਾ ਬਣੀ ਜਿਹੜਾ ਸਾਡਾ ਪੁਰਾਣਾ ਸਮਾਂ ਸੀ ਉਸ ਦੇ ਵਿੱਚ ਜਦੋਂ ਭਾਸ਼ਾ ਨੇ ਜਨਮ ਲਿਆ ਜਾਂ ਜਦੋਂ ਭਾਸ਼ਾ ਬਣੀ ਉਸ ਦੇ ਵਿੱਚ ਕਿਹੜੇ ਉਸ ਸਮੇਂ ਦੇ ਸਮਾਜਿਕ, ਮਨੋਵਿਗਿਆਨਿਕ, ਸੱਭਿਆਚਾਰਕ ਪਰਿਸਥਿਤੀਆਂ ਦਾ ਰੋਲ ਹੈਗਾ ਸੀ ਕਿ ਜਿਸ ਨੇ ਉਹਦੇ ਉੱਤੇ ਅਸਰ ਕੀਤਾ ਤੇ ਭਾਸ਼ਾ ਜਿਹੜੀ ਇਸ ਤਰੀਕੇ ਦੇ ਨਾਲ ਜਨਮ ਲਿਆ ਸੀ। ਉਸ ਤੋਂ ਬਾਅਦ ਨੈਕਸਟ ਆਇਆ ਸਾਡੇ ਕੋਲ ਤੁਲਨਾਤਮਕ ਭਾਸ਼ਾ ਵਿਗਿਆਨ ਦੀ ਗੱਲ ਕਰਦੇ ਗਏ ਸੀ। ਭਾਸ਼ਾ ਵਿਗਿਆਨ ਦੀ ਇਸ ਵੰਨਗੀ ਵਿੱਚ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਦੇ ਰੂਪਾਂ ਅਥਵਾ ਬਣਤਰਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਂਦਾ। ਸੋ ਤੁਲਨਾ ਆ ਜਾਂਦੀ ਹੈ ਦੋ ਚੀਜ਼ਾਂ ਦੀ ਤੁਲਨਾ ਕਰਨੀ। ਗਲੀਸਨ ਅਨੁਸਾਰ ਸਾਂਝੇ ਜਨਮ ਸਰੋਤਾਂ ਤੋਂ ਉਪਜੀਆਂ ਭਾਸ਼ਾਵਾਂ ਦੇ ਸੰਬੰਧਾਂ ਨੂੰ ਜਾਣਨ ਸਮਝ ਵਾਲੇ ਵਿਗਿਆਨ ਨੂੰ ਤੁਲਨਾਤਮਕ ਭਾਸ਼ਾ ਵਿਗਿਆਨ ਕਹਿੰਦੇ ਨੇ। ਹੁਣ ਦੇਖੋ ਇੱਕ ਹੀ ਚੀਜ਼ ਤੋਂ ਅਗਰ ਦੋ ਚੀਜ਼ਾਂ ਜਨਮ ਲੈਂਦੀਆਂ ਨੇ ਤੇ ਦੋਨਾਂ ਦੇ ਵਿੱਚ ਅਗਰ ਵੱਖਰਤਾ ਹੈਗੀ ਹੈ ਜਾਂ ਦੋਨਾਂ ਦੇ ਵਿੱਚ ਕੀ ਇਕਸਾਰਤਾ ਹੈਗੀ ਹੈ, ਇਸ ਚੀਜ਼ ਨੂੰ ਜਦੋਂ ਅਸੀਂ ਸਮਝਣਾ ਹੋਵੇ ਤਾਂ ਅਸੀਂ ਕੀ ਕੀ ਹੈ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਬਾਰੇ ਗੱਲ ਕਰਾਂਗੇ। ਇੱਥੇ ਅਸੀਂ ਭਾਸ਼ਾ ਦੀ ਗੱਲ ਕੀਤੀ ਹੈਗੀ ਹੈ ਕਿ ਇੱਕ ਹੀ ਸਰੋਤ ਤੋਂ ਜਦੋਂ ਦੋ ਭਾਸ਼ਾਵਾਂ ਦਾ ਜਨਮ ਹੋਇਆ ਤਾਂ ਦੋਨਾਂ ਦੇ ਵਿੱਚ ਕੀ ਸਿਮਿਲੈਰਿਟੀ ਸੀ, ਕੀ ਉਹਨਾਂ ਦੇ ਵਿੱਚ ਵੱਖਰਤਾਵਾਂ ਸੀ, ਇਹ ਸਾਰਾ ਕੁਝ ਅਸੀਂ ਇਸ ਦੇ ਅੰਤਰਗਤ ਸਮਝਦੇ ਹਾਂ। ਤੇ ਮੇਰੀਓ ਪੇਈ ਜਿਹੜੇ ਸੀ ਉਹਨਾਂ ਅਨੁਸਾਰ ਇਹ ਵਿਗਿਆਨ ਭਾਸ਼ਾ ਵਿਗਿਆਨ ਦੀ ਉਹ ਸ਼ਾਖ ਹੈ ਜੋ ਆਪੋ ਵਿੱਚ ਸੰਬੰਧਿਤ ਭਾਸ਼ਾਵਾਂ ਵਿਚਲੀਆਂ ਸਮਾਨਤਾਵਾਂ ਤੇ ਅੰਤਰਤਾ ਨੂੰ ਨਿਖੇੜਦਾ ਤੇ ਪਹਿਚਾਣਦਾ ਹੈ। ਕਿ ਉਹ ਹੀ ਗੱਲ ਆ ਗਈ ਕਿ ਭਾਸ਼ਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਕੀ ਸਮਾਨਤਾਵਾਂ ਆਉਂਦੀਆਂ ਨੇ ਤੇ ਕੀ ਵੱਖਰਤਾਵਾਂ ਹੈਗੀਆਂ ਨੇ ਉਹਨਾਂ ਨੂੰ ਇਸ ਦੇ ਵਿੱਚ ਨਿਖੇੜਿਆ ਜਾਂਦਾ ਹੈ। ਭਾਵੇਂ ਤੁਲਨਾਤਮਕ ਭਾਸ਼ਾ ਵਿਗਿਆਨ ਨੂੰ ਇਤਿਹਾਸਿਕ ਭਾਸ਼ਾ ਵਿਗਿਆਨ ਦੇ ਹੀ ਇੱਕ ਰੂਪ ਵਜੋਂ ਜਾਣਿਆ ਜਾਂਦਾ ਹੈ, ਪਰੰਤੂ ਤੁਲਨਾਤਮਕ ਹੁਣ ਦੇਖੋ ਤੁਸੀਂ ਕਹਿਣਾ ਇਹਨਾਂ ਦੋਨਾਂ ਦਾ ਕੀ ਸੰਬੰਧ ਆ ਗਿਆ। ਦੇਖੋ ਇਤਿਹਾਸਿਕ ਭਾਸ਼ਾ ਵਿਗਿਆਨ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਭਾਸ਼ਾਵਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਦੇਖੋ ਅੱਜ ਦੀ ਅਸੀਂ ਭਾਸ਼ਾ ਚੁਣੀ ਹੈ ਤੇ ਇਹ ਭਾਸ਼ਾ ਨੂੰ ਜਦੋਂ ਅਸੀਂ ਇਹਦਾ ਇਤਿਹਾਸ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਕੰਪੈਰੀਜ਼ਨ ਹੀ ਕਰਦੇ ਪਏ ਹਾਂ ਅੱਜ ਦੇ ਤੇ ਪਿਛਲੇ ਜਿਹੜੇ ਹੈਗੇ ਆ ਭਾਸ਼ਾ ਦੇ ਵਿੱਚ। ਸੋ ਇਹਦੀ ਹੀ ਇੱਕ ਪ੍ਰਕਾਰ ਦੀ ਸ਼ਾਖ ਮੰਨੀ ਜਾਂਦੀ ਹੈ। ਉਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਦੀ ਇੱਕ ਜਾਂ ਇੱਕ ਤੋਂ ਵੱਧ ਨਿਤਨਿਆਂ ਤੋਂ ਖੋਜ ਕਰਦਾ ਹੈ ਇਸ ਦੇ ਵਿੱਚ, ਤੇ ਇਸ ਜਦੋਂ ਕਿ ਇਤਿਹਾਸਿਕ ਭਾਸ਼ਾਵਾਂ ਵਿੱਚ ਇੱਕੋ ਹੀ ਮੂਲ ਭਾਸ਼ਾ ਦੇ ਜਿਹੜੇ ਭਾਸ਼ਾ ਪੜਾਵਾਂ ਦਾ ਅਧਿਐਨ ਕਰਦਾ ਹੈ। ਉਹੀ ਗੱਲ ਆ ਗਈ ਕਿ ਉਹ ਵੇਖਦਾ ਹੈਗਾ ਵਾ ਤੁਲਨਾਤਮਕ, ਕਹਿੰਦੇ ਕਿ ਇਤਿਹਾਸਿਕ ਭਾਸ਼ਾ ਵਿਗਿਆਨ ਦੇ ਇੱਕ ਰੂਪ ਵਜੋਂ ਹੀ ਜਾਣਿਆ ਜਾਂਦਾ, ਪਰੰਤੂ ਤੁਲਨਾਤਮਕ ਭਾਸ਼ਾ ਵਿਗਿਆਨ ਜਿਹੜਾ ਹੈਗਾ ਵਾ ਉਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਦੀ ਇੱਕ ਜਾਂ ਇੱਕ ਤੋਂ ਵੱਧ ਨੁਕਤਿਆਂ ਤੋਂ ਖੋਜ ਕਰਦਾ ਹੈ। ਉਹੀ ਐਂ ਦਾ ਤੁਲਨਾ ਕਰਨੀ ਦੋ ਦੇ ਵਿੱਚ, ਇਤਿਹਾਸਿਕ ਦੇ ਵਿੱਚ ਇੱਕ ਹੀ ਭਾਸ਼ਾ ਦੇ ਬਾਰੇ ਅਸੀਂ ਪੜਾਵਾਂ ਦੀ ਗੱਲ ਕਰਦੇ ਹਾਂ ਕਿਉਂਕਿ ਉੱਥੇ ਅਸੀਂ
ਇਤਿਹਾਸ ਦੇ ਬਾਰੇ ਗੱਲ ਕਰਦੇ, ਇਤਿਹਾਸ ਦੇ ਵਿੱਚ ਸਾਡੇ ਕੋਲ ਪੜਾਅ ਆਉਂਦੇ ਗਏ ਨੇ, ਤੇ ਇੱਕ ਜਿਹੜੀਆਂ ਇੱਕ ਹੀ ਭਾਸ਼ਾ ਹੈਗੀ ਹੈ। ਜਿਵੇਂ ਹੁਣ ਦੇਖੋ, ਮੰਨ ਲਓ ਅਸੀਂ, ਮੈਂ ਖੋਜ ਕਰਦੀ ਪਈ ਹਾਂ ਇੱਕ ਭਾਸ਼ਾ ਦੇ ਉੱਤੇ, ਠੀਕ ਹੈ, ਇੱਕ ਭਾਸ਼ਾ ਨੂੰ ਮੈਂ ਆਪਣਾ ਆਧਾਰ ਬਣਾਇਆ, ਤੇ ਇਸ ਨੂੰ ਅਗਰ ਮੈਂ ਇਤਿਹਾਸ ਦੀ ਦ੍ਰਿਸ਼ਟੀ ਤੋਂ ਦੇਖਾਂਗੀ ਤਾਂ ਉਹ ਜਿਹੜੀ ਭਾਸ਼ਾ ਪਿੱਛੇ ਤੋਂ ਅੱਗੇ ਚੱਲਦੀ ਆਏਗੀ, ਕੰਟੀਨਿਊਸਲੀ ਪਰਿਵਰਤਨ ਹੁੰਦੇ ਰਹਿਣਗੇ, ਕੰਟੀਨਿਊਸਲੀ ਚੱਲਦੀ ਆਏਗੀ। ਕਿਹੜੇ ਕਿਹੜੇ ਇਤਿਹਾਸ ਪੜਾਵਾਂ ਤੇ ਪਰਿਵਰਤਨ ਹੋ ਰਿਹਾ ਉਹ ਮੈਂ ਨੋਟ ਕਰਦੀ ਰਵਾਂਗੀ। ਹੁਣ ਜਦੋਂ ਮੈਂ ਤੁਲਨਾਤਮਕ ਦੇ ਬਾਰੇ ਗੱਲ ਕਰਾਂਗੀ ਤਾਂ ਮੈਂ ਅੱਜ ਤੋਂ ਤੇ ਪਿਛਲੀ ਜਿਹੜੀ ਭਾਸ਼ਾ ਹੈ ਦੋਨਾਂ ਦੇ ਵਿੱਚ ਦੇਖਾਂਗੀ ਕੀ ਜਿਹੜਾ ਕੰਪੈਰੀਜ਼ਨ ਆ। ਇੱਥੇ ਮੈਂ ਇਤਿਹਾਸ ਦੇ ਵਿੱਚ ਇੱਕ ਹੀ ਭਾਸ਼ਾ ਲਈ ਸੀ ਪਰ ਉਹਦੇ ਵੱਖ-ਵੱਖ ਪੜਾਅ ਦੇ ਬਾਰੇ ਗੱਲ ਕੀਤੀ ਸੀ। ਤੁਲਨਾਤਮਕ ਦੇ ਵਿੱਚ ਮੈਂ ਦੋ ਕਿ ਇਹਦੇ ਇੱਥੋਂ ਚੱਲ ਕੇ ਇੱਥੋਂ ਤੱਕ ਕੀ ਭਾਸ਼ਾ ਦੇ ਵਿੱਚ ਪਰਿਵਰਤਨ ਆਏ ਉਸ ਦੀ ਗੱਲ ਕਰਾਂਗੀ। ਤੁਲਨਾਤਮਕ ਭਾਸ਼ਾ ਵਿਗਿਆਨ ਦਾ ਮੰਤਵ ਕੀ ਹੈ ਵਾ, ਭਾਸ਼ਾ ਦੇ ਇਤਿਹਾਸਿਕ ਵਿਕਾਸ ਨੂੰ ਪ੍ਰਗਟ ਕਰਨਾ ਤੇ ਭਾਸ਼ਾ ਵਰਗਾ ਦੀ ਸਾਂਝੀ ਇੱਕੋ ਮਾਤ ਭਾਸ਼ਾ ਦੀ ਤਲਾਸ਼ ਕਰਨਾ। ਤੁਲਨਾ ਦੇ ਵਿੱਚ ਉਹੀ ਆਉਂਦਾ ਕਿ ਦੋਨੇ ਤਾਂ ਇੱਕੋ ਦੋ ਵਿੱਚੋਂ ਜਨਮੀਆਂ ਸੀ ਪਰ ਦੋਨਾਂ ਦੇ ਵਿੱਚ ਕੀ ਚੀਜ਼ਾਂ ਸੀ ਜਿਹੜੀਆਂ ਵੱਖਰੀਆਂ ਹੋ ਗਈਆਂ। 19ਵੀਂ ਸਦੀ ਦੇ ਵਿੱਚ ਪਾਰੋਪੀਆ ਭਾਸ਼ਾ ਦੇ ਅਧਿਐਨ ਵਿੱਚੋਂ ਪ੍ਰਾਪਤ ਸਿੱਟਿਆਂ ਦੇ ਕਾਰਨ ਇਸ ਭਾਸ਼ਾ ਵਿਗਿਆਨ ਦਾ ਜਿਹੜਾ ਜਨਮ ਹੋਇਆ ਸੀ। ਹੁਣ ਦੇਖ ਲਓ ਜਨਮ ਕਿਸ ਤਰ੍ਹਾਂ ਹੋਇਆ, ਤੇ ਲੇਹਮਾਨ ਲਿਖਦਾ ਹੈ ਕਿ ਵਿਸ਼ੇਸ਼ ਤੌਰ ਤੇ ਪੂਰਵ ਇਤਿਹਾਸਿਕ ਭਾਸ਼ਾਵਾਂ ਦੇ ਵਿੱਚ ਜਿਹੜੇ ਪਰਿਵਰਤਨ ਆਏ ਸੀ ਉਹਨਾਂ ਨੂੰ ਪ੍ਰਭਾਸ਼ਿਤ ਕਰਨ ਤੇ ਮੁੱਢਲੇ ਰੂਪਾਂ ਨੂੰ ਪਹਿਚਾਨਣ, ਮੀਨਸ ਕਿ ਪਿਛਲੇ ਜਿਹੜੇ ਭਾਸ਼ਾ ਸੀ ਉਸ ਦੇ ਵਿੱਚ ਕੀ ਪਰਿਵਰਤਨ ਆ ਅੱਜ ਦੇ ਹਿਸਾਬ ਦੇ ਨਾਲ ਇਸ ਚੀਜ਼ ਨੂੰ ਪਹਿਚਾਨਣ ਦੇ ਵਾਸਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੀ ਇੱਕ ਵਿਸ਼ੇਸ਼ ਭੂਮਿਕਾ ਰਹੀ ਸੀ। ਹੁਣ ਦੇਖੋ ਕਹਿੰਦੇ ਇਸ ਵਿਧੀ ਦੀ ਵਰਤੋਂ ਕਰਕੇ ਅਸੀਂ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਦੇ ਰੂਪਾਂ ਦੀ ਤੁਲਨਾ ਕਰਦੇ ਹਾਂ ਤਾਂ ਜੋ ਅਸੀਂ ਉਹਨਾਂ ਦੇ ਸੰਬੰਧਾਂ ਨੂੰ ਸਹੀ ਸਹੀ ਨਿਸ਼ਚਿਤ ਕਰ ਸਕੀਏ ਤੇ ਇਹਨਾਂ ਸੰਬੰਧਾਂ ਨੂੰ ਪ੍ਰਗਟਾਉਣ ਲਈ ਉਹਨਾਂ ਦੀ ਪ੍ਰਾਚੀਨ ਰੂਪਾਂ ਦੀ ਵੀ ਪੁਨਰਉਸਾਰੀ ਉਹ ਕਰਦਾ ਹੈਗਾ ਵਾ ਜਿਨ੍ਹਾਂ ਤੋਂ ਇਹ ਭਾਸ਼ਾਵਾਂ ਨਿਕਲੀਆਂ ਗਿਆ। ਹੁਣ ਐਗਜ਼ਾਮਪਲ ਇੱਥੇ ਦਿੱਤੇ ਆ, ਜਿਵੇਂ ਦੇਖੋ ਪ੍ਰੋਟੋ ਇੰਡੋ ਯੂਰਪੀਅਨ ਭਾਸ਼ਾ ਨੂੰ ਉਹਨਾਂ ਨੇ ਲਈ ਹੈ। ਇਸ ਦੇ ਵਿੱਚ ਹੋਣਾ ਜਿਹਨੂੰ ਕਹਿੰਦੇ ਬੀ ਕ੍ਰਿਆ ਦੇ ਅਨਯ ਪੁਰਖ ਇੱਕ ਵਚਨ ਵਰਤਮਾਨ ਕਾਲ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ, ਮਤਲਬ ਅਸੀਂ ਇੱਥੇ ਵਰਡ ਲਿਆ ਹੋਣਾ, ਠੀਕ ਹੈ, ਇਸ ਵਰਡ ਨੂੰ ਅਸੀਂ ਅਨਯ ਪੁਰਖ, ਕ੍ਰਿਆ ਦੇ ਅਨਯ ਪੁਰਖ ਇੱਕ ਵਚਨ ਵਰਤਮਾਨ ਕਾਲ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ ਤਾਂ ਸਾਡੀ ਕੋਸ਼ਿਸ਼ ਕੀ ਹੋਏਗੀ। ਹੁਣ ਦੇਖੋ ਅਸੀਂ ਵਰਡ ਚੁਣਿਆ ਹੋਣਾ, ਹੁਣ ਇਹ ਵਰਡ ਜਿਹੜਾ ਹੈਗਾ ਵਾ ਸੰਸਕ੍ਰਿਤ ਦੇ ਵਿੱਚ ਇਸਨੂੰ ਅਸਤ 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 ਜਿਹੜਾ ਹੈਗਾ ਵਾ ਲਿਥੁਆਨੀਅਨ ਦੇ ਵਿੱਚ ਐਸਤ ਤੇ ਗ੍ਰੀਕ ਦੇ ਵਿੱਚ ਸਾਰੇ ਇਸ ਤਰ੍ਹਾਂ ਜਿਹੜੇ ਇੱਥੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਲਿਆ ਹੈਗਾ ਵਾ ਕਿ ਜਿਵੇਂ ਹੌਲੀ 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 ਇਹ ਜਿਹੜੀ ਹੈਗੀ ਵਾ ਕਿਸ ਤਰ੍ਹਾਂ ਇੱਕ ਹਿਸਾਬ ਦੇ ਨਾਲ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਇੱਕ ਵਰਡ ਜਿਹੜਾ ਹੈਗਾ ਵਾ ਉਸ ਦੀ ਤੁਲਨਾ ਕੀਤੀ ਗਈ ਹੈ, ਉੱਥੇ ਕਿਸ ਤਰ੍ਹਾਂ ਬੋਲਿਆ ਜਾਂਦਾ ਤੇ ਸਾਡੇ ਇੱਥੇ ਕਿਵੇਂ ਬੋਲਿਆ ਜਾਂਦਾ। ਇਸ ਤੱਥ ਉੱਪਰ ਟਿੱਪਣੀ ਕਰਦਾ ਹੈ ਬਲੂਮਫੀਲ, ਲਿਖਦਾ ਹੈ ਕਿ ਜਦ ਅਸੀਂ ਆਖਦੇ ਹਾਂ ਕਿ ਵੱਖ ਵੱਖ ਭਾਸ਼ਾਵਾਂ ਵਿੱਚ ਸਾਂਝਾ ਹੈ ਤਾਂ ਸਪਸ਼ਟ ਹੈ ਕਿ ਇਹਨਾਂ ਵਿੱਚ ਬੁਨਿਆਦੀ ਸੰਬੰਧ ਹੈ, ਭਾਵ ਇਹ ਕਿ ਇਹਨਾਂ ਭਾਸ਼ਾਵਾਂ ਕਿਸੇ ਪੂਰਬਲੀ ਜੰਨੀ ਭਾਸ਼ਾ ਦੀਆਂ ਮਗਰਲੀਆਂ ਸ਼ਾਖਾਵਾਂ ਹੋਣਗੀਆਂ। ਹੁਣ ਦੇਖੋ ਹੋਣਾ ਵਰਡ ਜਿਹੜਾ ਹੈਗਾ ਵਾ ਸਾਰਿਆਂ ਦੇ ਵਿੱਚ ਮਿਲਦਾ ਹੈਗਾ ਵਾ ਪਰ ਹਰ ਇੱਕ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਲਿਖਿਆ ਜਾਂਦਾ ਹੈਗਾ। ਸਿੰਪਲ ਉਹ ਗੱਲ ਇਹਨਾਂ ਨੇ ਇੱਥੇ ਦੱਸੀ ਹੋਈ ਹੈ ਕਿ ਇਹੋ ਚੀਜ਼ ਤਾਂ ਉਹਨਾਂ ਨੇ ਦੇਖਣੀ ਹੈ ਕਿ ਜਨਮੇ ਤਾਂ ਇੱਕੋ ਦੇ ਵਿੱਚੋਂ ਸੀ ਪਰ ਇਹ ਫਿਰ ਇਹ ਅਲੱਗ ਅਲੱਗ ਕਿਉਂ ਹੋ ਗਏ, ਕੀ ਚੀਜ਼ ਇਹਨਾਂ ਦੇ ਵਿੱਚ ਜਿਹੜੀ ਹੈਗੀਆਂ ਸੀ ਜੋ ਚੇਂਜਸ ਲੈ ਕੇ ਆਈਆਂ ਨੇ, ਠੀਕ ਹੈ। ਹੁਣ ਦੇਖੋ ਉਦਾਹਰਣ ਲਈ ਰੋਮਾਂਸ ਭਾਸ਼ਾਵਾਂ ਜਿਵੇਂ ਫ੍ਰੈਂਚ, ਇਟਾਲਵੀ, ਸਪੈਨਿਸ਼, ਪੁਰਤਗਾਲੀ ਕਿਸੇ ਇੱਕ ਸਰੋਤ ਭਾਸ਼ਾ ਦੀਆਂ ਸ਼ਾਖਾਵਾਂ ਨੇ ਕਿ ਇੱਕੋ ਤੋਂ ਹੀ ਇਹ ਸਾਰੀਆਂ ਜਨਮੀਆਂ ਸੀ। ਜਰਮੈਨਿਕ ਭਾਸ਼ਾਵਾਂ ਜਿਵੇਂ ਇਹ ਵੀ ਸਾਰੀਆਂ ਇਹ ਵੀ ਇੱਕੋ ਹੀ ਮੂਲ ਦੀਆਂ ਭਾਸ਼ਾਵਾਂ ਨੇ ਪਰ ਇਹਨਾਂ ਦੇ ਵਿੱਚ ਇੱਕ ਵਰਡ ਜਿਹੜਾ ਹੋਏਗਾ ਉਹ ਇੱਕ ਦੇ ਵਿੱਚ ਅਲੱਗ ਦੂਜੇ ਦੇ ਵਿੱਚ ਉਹ ਅਲੱਗ ਤਰੀਕੇ ਦੇ ਨਾਲ ਬੋਲਿਆ ਜਾਏਗਾ ਤੇ ਜਦੋਂ ਅਸੀਂ ਇਸ ਚੀਜ਼ ਨੂੰ ਫੜਦੇ ਹਾਂ ਤਾਂ ਇਹ ਸਾਡੇ ਕੋਲ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਸਾਡੇ ਕੋਲ ਵਰਣਨਾਤਮਕ ਭਾਸ਼ਾ ਵਿਗਿਆਨ। ਸੋਸਿਓ ਦੁਆਰਾ ਸਿਰਜਿਤ ਇਕਾਲਿਕ ਭਾਸ਼ਾ ਵਿਗਿਆਨ ਹੀ ਵਰਣਨਾਤਮਕ ਭਾਸ਼ਾ ਵਿਗਿਆਨ ਦਾ ਉਤਪ੍ਰੇਰਕ ਮੰਨਿਆ ਜਾਂਦਾ ਹੈ। ਇਸ ਤੋਂ ਅਗਲੇਰੇ ਵਿਕਾਸ ਦੇ ਵਿੱਚ ਬੁਆਸ ਤੇ ਸਪੀਅਰ ਤੇ ਬਲੂਮਫੀਲਡ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਸੀ ਕਿ ਸਟਾਰਟਿੰਗ ਪਹਿਲਾਂ ਇਹਨਾਂ ਨੇ ਕੀਤੀ ਸੀ ਬਾਅਦ ਦੇ ਵਿੱਚ ਇਹਨਾਂ ਦਾ ਯੋਗਦਾਨ ਰਿਹਾ ਸੀ। ਇਤਿਹਾਸਿਕ ਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਵਿਪਰੀਤ ਸਾਡੇ ਕੋਲ ਆਧੁਨਿਕ ਭਾਸ਼ਾ ਵਿਗਿਆਨ ਵਿਸਤ੍ਰਿਤ ਨਾ ਹੋ ਕੇ ਗਹਿਰਾ ਹੈ, ਮਤਲਬ ਕਿ ਇਹਨਾਂ ਦੀ ਤੁਲਨਾ ਵਿੱਚ ਅਗਰ ਅਸੀਂ ਅੱਜ ਦੇ ਭਾਸ਼ਾ ਵਿਗਿਆਨ ਦੀ ਗੱਲ ਕਰੀਏ ਤਾਂ ਇਹ ਜਿਹੜਾ ਭਾਸ਼ਾ ਵਿਗਿਆਨ ਵਿਸਤ੍ਰਿਤ ਵਿਸ਼ਾਲ ਨਹੀਂ ਹੋ ਕੇ
ਡੂੰਘਾਈ ਦੇ ਵਿੱਚ ਜ਼ਿਆਦਾ ਜਾਂਦਾ ਹੈ, ਮਤਲਬ ਕਿ ਇਹਦਾ ਘੇਰਾ ਚਾਹੇ ਛੋਟਾ ਹੀ ਹੋਵੇ, ਵੈਸੇ ਤਾਂ ਹੈ ਨਹੀਂ ਆ, ਪਰ ਡੂੰਘਾਈ ਦੇ ਵਿੱਚ ਅਗਰ ਗੱਲ ਕਰੀਏ ਨਾ, ਤਾਂ ਉਹ ਚੀਜ਼ ਜ਼ਿਆਦਾ ਗਹਿਰੀ ਹੈਗੀ ਹੈ। ਇਸ ਵੰਨਗੀ ਨੂੰ ਪ੍ਰਭਾਸ਼ਿਤ ਕਰਦੇ ਹੋਏ ਗਲੀਸਨ ਲਿਖਦੇ ਨੇ ਕਿ ਅਜਿਹਾ ਅਨੁਸ਼ਾਸਨ ਹੈ ਜੋ ਵੱਖ-ਵੱਖ ਭਾਸ਼ਾਵਾਂ ਨੂੰ ਉਹਨਾਂ ਦੀ ਆਂਤਰਿਕ ਸੰਰਚਨਾ ਦੀ ਰੋਸ਼ਨੀ ਵਿੱਚ ਵਿਸ਼ਲੇਸ਼ਿਤ ਕਰਦਾ ਹੈ। ਇਸ ਦਾ ਇੱਕ ਹੋਰ ਨਿਖੜਵਾ ਲੱਛਣ ਹੈ ਜਿਹੜਾ ਹੈਗਾ ਵਾ, ਮਨੁੱਖੀ ਉਚਾਰ ਦੇ ਵਿਭਿੰਨ ਪਹਿਲੂਆਂ ਵੱਲ ਧਿਆਨ ਇਕਾਗਰ ਕਰਨਾ ਕਿ ਮਨੁੱਖ ਇੱਕ ਵਰਡ ਨੂੰ ਕਿਵੇਂ ਉਚਾਰਦਾ ਹੈਗਾ, ਉਸ ਦੇ ਵਿਭਿੰਨ ਪਹਿਲੂ ਜਿਹੜੇ ਗਏ ਨੇ ਉਸ ਵਿੱਚ ਕਿਸ ਤਰ੍ਹਾਂ ਉਸਨੂੰ ਪ੍ਰੋਨਾਉਂਸ ਕਰਦਾ ਹੈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਹੋਕੇਟ ਨੇ ਵਰਣਾਤਮਕ ਤੇ ਇਕਾਲਕ ਭਾਸ਼ਾ ਵਿਗਿਆਨ ਵਿਚਲੇ ਅੰਤਰ ਨੂੰ ਲਕਸ਼ਿਤ ਕੀਤਾ ਹੈ। ਉਸ ਅਨੁਸਾਰ ਵਰਣਾਤਮਕ ਭਾਸ਼ਾ ਵਿਗਿਆਨ ਜਦੋਂ ਕਿਸੇ ਭਾਸ਼ਾ ਦੇ ਢਾਂਚੇ ਨੂੰ ਵਾਚਦਾ ਹੈ, ਵਰਣਨ ਕਰਦਾ, ਵਰਣਨ ਦਾ ਮੀਨਿੰਗ ਕੀ ਹੁੰਦਾ ਵਾ, ਡਿਟੇਲਸ ਦੇ ਵਿੱਚ, ਠੀਕ ਹੈ, ਤੇ ਇਹ ਜਿਹੜੀ ਹੈਗੀ ਆ ਕਹਿੰਦਾ ਇਹਦੇ ਵਿੱਚ ਅਸੀਂ ਹਰ ਇੱਕ ਭਾਸ਼ਾ ਦੇ ਡਿਟੇਲਸ ਦੇ ਵਿੱਚ ਜਾਣੇ ਹਾਂ, ਠੀਕ ਹੈ, ਵਰਣਾਤਮਕਤਾ ਉਹੀ ਹੋ ਗਿਆ। ਕਹਿੰਦੇ ਕਿ ਇਸ ਦੇ ਵਿੱਚ ਜਦੋਂ ਕਿਸੇ ਢਾਂਚੇ ਨੂੰ ਵਾਚਿਆ ਜਾਂਦਾ ਹੈ ਤਾਂ ਅੰਤਰ ਵਿਅਕਤੀ ਵਰਤਾਰੇ ਤੇ ਅੰਤਰ ਜਮਾਤੀ ਵਰਤਾਰੀ ਨੂੰ ਅੱਖੋਂ ਓਹਲੇ ਰੱਖਦਾ ਹੈ, ਜਦੋਂ ਕਿ ਇਕਾਲਕ ਭਾਸ਼ਾ ਵਿਗਿਆਨ ਇਹਨਾਂ ਦਾ ਵੀ ਕਰਦਾ ਹੈ। ਉਸ ਤੋਂ ਇਲਾਵਾ ਜੌਨ ਲਾਇਨਸ ਜਿਹੜੇ ਲਿਖਦੇ ਨੇ ਕਿ ਭਾਸ਼ਾ ਦੋ ਧਰਾਤਲਾਂ ਤੇ ਵਿਚਰਦੀ ਹੈ। ਇੱਕ ਧਰਾਤਲ ਹੈਗੀ ਆ ਅਭਿਵਿਅਕਤੀ ਯਾਨੀ ਕਿ ਐਕਸਪ੍ਰੈਸ਼ਨ, ਦੂਜਾ ਹੈਗਾ ਵਾ ਵਸਤੂ ਸਮੱਗਰੀ ਯਾਨੀ ਕਿ ਕੰਟੈਂਟ, ਜਿਸ ਦੇ ਵਿੱਚ ਮਨੋਭਾਵ, ਵਿਚਾਰ, ਸਮਾਜਿਕ ਸਥਿਤੀਆਂ ਅਤੇ ਅਰਥਤਾ ਸਮਿਲਿਤ ਹੁੰਦੇ ਆ। ਇੱਕ ਦੇ ਵਿੱਚ ਅਭਿਵਿਅਕਤੀ ਆਉਂਦੀ ਹੈ, ਮਤਲਬ ਇੱਕ ਵਿਅਕਤੀ ਐਕਸਪ੍ਰੈਸ਼ਨ ਦੇ ਥਰੂ ਆਉਂਦੀ ਹੈ, ਭਾਸ਼ਾ ਦੋ ਧਰਾਤਲਾਂ ਤੇ ਵਿਚਰਦੀ, ਐਕਸਪ੍ਰੈਸ਼ਨ ਹਾਪਾ। ਦੂਸਰੇ ਦੇ ਵਿੱਚ ਆਉਂਦਾ ਹੈਗਾ ਵਾ ਵਸਤੂ ਸਮੱਗਰੀ, ਜਿਵੇਂ ਉਸਦੇ ਮਨੋਭਾਵ, ਉਸਦੇ ਵਿਚਾਰ, ਸਮਾਜਿਕ ਸਥਿਤੀਆਂ। ਇਹ ਭਾਸ਼ਾ ਦਾ ਅਭਿਵਿਅਕਤੀ ਧਰਾਤਲ ਵੀ ਅੱਗੋ ਦੋ ਭਾਗਾਂ ਦੇ ਵਿੱਚ ਵਿਭਾਜਿਤ ਹੁੰਦਾ, ਮਤਲਬ ਐਕਸਪ੍ਰੈਸ਼ਨ ਦੇ ਆਧਾਰ ਤੇ ਵੀ ਅੱਗੋ ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹੈ, ਜਿਸ ਨੂੰ ਅਸੀਂ ਧੁਨੀ ਪ੍ਰਬੰਧ ਤੇ ਵਿਆਕਰਣ, ਵਿਆਕਰਣ ਨੂੰ ਰੂਪਮੀ ਵਿਉਂਤ ਤੇ ਵਾਕ ਵਿਉਂਤ ਵਿੱਚ ਵਿਭਾਜਿਤ ਕਰਕੇ ਵਿਸ਼ਲੇਸ਼ਿਤ ਕੀਤਾ ਜਾਂਦਾ ਹੈ। ਸੋ ਸਿੰਪਲ ਜੌਨ ਲਾਇਨਸ ਨੇ ਵਰਣਾਤਮਕ ਦੇ ਵਿੱਚ ਕੀ ਹੁੰਦਾ ਜ਼ਿਆਦਾਤਰ ਕਿ ਕਿਸੇ ਭਾਸ਼ਾ ਦੇ ਅਸੀਂ ਪੂਰੀ ਡਿਟੇਲਸ ਦੇ ਵਿੱਚ ਜਾਂਦੇ ਹਾਂ, ਠੀਕ ਹੈ, ਮਨੁੱਖ ਕਿਸ ਤਰ੍ਹਾਂ ਉਚਾਰਦਾ ਹੈਗਾ ਵਾ ਕਿਸੇ ਭਾਸ਼ਾ ਵਰਡਸ ਨੂੰ, ਧੁਨੀ ਨੂੰ। ਹੁਣ ਦੇਖੋ ਇਸ ਦੇ ਵਿੱਚ ਉਹਨਾਂ ਨੇ ਕਹਿੰਦੇ ਦੋ ਧਰਾਤਲਾਂ ਦੇ ਇੱਕ ਵਿਚਰਦੀ, ਇੱਕ ਆਇੰਦਾ ਇੱਕ ਐਕਸਪ੍ਰੈਸ਼ਨ ਲੈਵਲ ਦੇ ਉੱਤੇ, ਇੱਕ ਆਇੰਦਾ ਹੈਗਾ ਵਾ ਜਿਸ ਦੇ ਵਿੱਚ ਵਿਅਕਤੀ ਵਿਚਾਰ, ਉਸਦੇ ਮਨੋਭਾਵ, ਇਹ ਸਭ ਕੁਝ ਆਇੰਦੇ ਗਏ ਨੇ। ਹੁਣ ਐਕਸਪ੍ਰੈਸ਼ਨ ਲੈਵਲ ਦੇ ਉੱਤੇ ਵੀ ਉਹਨੂੰ ਦੋ ਤਰੀਕੇ ਦੇ ਨਾਲ ਅੱਗੋਂ ਵੰਡਿਆ ਜਾਂਦਾ ਹੈ, ਇੱਕ ਆਇੰਦਾ ਧੁਨੀ, ਫਿਰ ਆਇੰਦਾ ਹੈਗਾ ਇੱਕ ਸਾਡੇ ਕੋਲ ਵਿਆਕਰਣ। ਵਿਆਕਰਣ ਨੂੰ ਅੱਗੋਂ ਰੂਪਮੀ ਵਿਉਂਤ ਤੇ ਵਾਕ ਵਿਉਂਤ ਦੇ ਵਿੱਚ ਵੀ ਵਿਭਾਜਿਤ ਕਰਕੇ ਦੇਖਿਆ ਜਾਂਦਾ ਹੈ। ਹੁਣ ਦੇਖੋ ਇਹ ਰਿਹਾ ਸਾਡੇ ਕੋਲ ਨੀਚੇ ਇੱਕ ਪੂਰੇ ਦਾ ਪੂਰਾ ਟੇਬਲ, ਭਾਸ਼ਾ, ਅਭਿਵਿਅਕਤੀ, ਵਸਤੂ, ਧੁਨੀ ਵਿਗਿਆਨ, ਸ਼ਬਦ, ਅਰਥ ਵਿਉਂਤ। ਹੁਣ ਦੇਖੋ ਇਸ ਦੇ ਵਿੱਚ ਸ਼ਬਦ ਜਿਵੇਂ ਆਏ ਨੇ ਉਹਦੇ ਵਿੱਚ ਰੂਪਮੀ ਵਿਉਂਤ ਤੇ ਵਾਕ ਵਿਉਂਤ, ਇਸ ਦੇ ਅੱਗੇ ਪਾਰਟਸ ਵੰਡੇ ਜਾਂਦੇ। ਇਸ ਤਰ੍ਹਾਂ ਸ਼ੁਰੂ ਕਰਦਾ ਹੈ ਭਾਸ਼ਾ ਤੋਂ ਅੱਗੇ ਜਿਹੜਾ ਹੈਗਾ ਵਾ ਇਸ ਤਰ੍ਹਾਂ ਡਿਟੇਲ ਵਾਈਜ਼ ਹਰ ਇੱਕ ਚੀਜ਼ ਨੂੰ ਦੇਖਦਾ ਹੈ। ਉਸ ਤੋਂ ਬਾਅਦ ਆਏਗਾ ਸਾਡੇ ਕੋਲ ਸੰਰਚਨਾਤਮਕ ਭਾਸ਼ਾ ਵਿਗਿਆਨ। ਸੋ ਇਹ ਵੀ ਕਾਫੀ ਹੱਦ ਤੱਕ ਵਰਣਾਤਮਕ ਭਾਸ਼ਾ ਵਿਗਿਆਨ ਦੇ ਵਿੱਚ ਦੇਖਿਆ ਜਾਂਦਾ, ਕਿਉਂਕਿ ਇਸ ਦੇ ਵਿੱਚ ਵੀ ਨਾ ਇੱਕ ਡਿਟੇਲ ਵਾਈਜ਼ ਪੂਰੇ ਡੀਪਲੀ ਜਾ ਕੇ ਕਿਸੇ ਭਾਸ਼ਾ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਹਰ ਇੱਕ ਵਿਭਿੰਨ ਅੰਗਾਂ ਨੂੰ ਇਕੱਲੇ ਇੱਕ ਹੀਰੇ ਤੇ ਅੱਡੋ ਅੱਡ ਰੂਪ ਦੇ ਵਿੱਚ ਨਹੀਂ ਦੇਖੇ ਜਾਂਦੇ, ਬਲਕਿ ਆਪਸੀ ਰਿਸ਼ਤਿਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ, ਯਾਨੀ ਕਿ ਡੀਪਲੀ ਜਾਂਦਾ ਹੈ। ਕਿ ਹੁਣ ਦੇਖੋ ਕਿ ਇੱਕ ਵਾਕ ਹੈਗਾ, ਵਾਕ ਦੇ ਵਿੱਚ ਸ਼ਬਦ ਹੈਗੇ ਨੇ, ਫਿਰ ਅੱਗੋਂ ਉਸ ਦੇ ਵਿੱਚ ਵਿਆਕਰਨ ਇਕਾਈਆਂ ਜਿਹੜੀਆਂ ਆਉਂਦੀਆਂ ਹੈਗੀਆਂ ਨੇ, ਉਹਨਾਂ ਦਾ ਇੱਕ ਦੂਜੇ ਦੇ ਨਾਲ ਕੀ ਰਿਲੇਸ਼ਨ ਹੁੰਦਾ ਹੈ। ਸੰਰਚਨਾਤਮਕ ਦੇ ਵਿੱਚ ਅਸੀਂ ਇਹ ਦੇਖਦੇ ਹਾਂ, ਇਹ ਨਹੀਂ ਦੇਖਦੇ ਕਿ ਉਹਨਾਂ ਨੂੰ ਡਿਟੇਲ ਵਾਈਜ਼ ਕਿਸ ਤਰ੍ਹਾਂ ਦੱਸਣਾ ਹੈ, ਸਗੋਂ ਇਹ ਵੇਖਦੇ ਹਾਂ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਵਾ ਕੀ ਰਿਲੇਸ਼ਨ ਹੈਗਾ, ਇਹ ਸਾਰਾ ਕੁਝ ਇਸ ਦੇ ਵਿੱਚ ਅਸੀਂ ਦੇਖਦੇ ਹਾਂ। ਸੋਸੀਓ ਦੇ ਇਕਾਲਕ ਭਾਸ਼ਾਈ ਸੰਕਲਪ ਦਾ ਕੇਂਦਰੀ ਨੁਕਤਾ ਕੀ ਹੈਗਾ ਸੀ, ਸੰਰਚਨਾਤਮਕ ਹੀ ਸੀ। ਹੁਣ ਸੋਸੀਓ ਦੇ ਬਾਰੇ ਅਗਰ ਗੱਲ ਕੀਤੀ ਹੈ, ਕਹਿੰਦੇ ਕਿ ਉਸ ਦੇ ਇਕਾਲਕ ਭਾਸ਼ਾਈ ਸੰਕਲਪ ਜਿਹੜਾ, ਉਸ ਦਾ ਇਕਾਲਕ ਸੰਕਲਪ ਸੀ, ਉਸ ਦਾ ਮੇਨ ਸੈਂਟਰ ਕੀ ਹੈਗਾ ਸੀ, ਸੰਰਚਨਾਤਮਕ। ਸਾਰੇ ਇੱਕ ਦੂਜੇ ਦੇ ਨਾਲ ਤਾਂ ਜੁੜੇ ਹੋਏ ਨੇ, ਤੁਸੀਂ ਜਦੋਂ ਪੜ੍ਹਦੇ ਹੋ ਇਹ ਵਾਲੇ ਵਿਸ਼ੇ, ਇੱਕ ਦੂਜੇ ਦੇ ਨਾਲ ਡਿਟੇਲ ਵਾਈਜ਼ ਸਾਰੇ ਕੀ ਹੈਗੇ ਨੇ, ਇਹ ਜੁੜੇ ਰਹਿੰਦੇ ਨੇ। ਇਕਾਲਕ ਭਾਸ਼ਾ ਵਿਗਿਆਨ ਕਿਸੇ ਭਾਸ਼ਾ ਵਿਸ਼ੇਸ਼ ਦੇ ਸਿਸਟਮ ਦੇ ਵਿੱਚ ਕਿਸੇ ਵਿਸ਼ੇਸ਼ ਕਾਲ ਬਿੰਦੂ ਉੱਪਰ ਸਾਰੇ ਭਾਸ਼ਿਕ ਰੂਪ, ਅੰਗ, ਅਰਥ ਆਪਸ ਵਿੱਚ ਕਿਵੇਂ ਅੰਤਰ ਸੰਬੰਧਿਤ ਹੁੰਦੇ ਆ ਅਧਿਐਨ ਕਰਦਾ ਹੈ। ਕਾਲਕ ਭਾਸ਼ਾ ਵਿਗਿਆਨ ਦੇ ਬਾਰੇ ਗੱਲ ਕੀਤੀ ਆ ਉਹਨਾਂ ਨੇ, ਕਹਿੰਦੇ ਕਿ ਇੱਕ ਜਿਹੜੀ ਵਿਸ਼ੇਸ਼ ਭਾਸ਼ਾ ਹੈ ਜਿਵੇਂ ਸਾਡੀ ਪੰਜਾਬੀ ਹੈਗੀ ਹੈ, ਇੱਕ ਭਾਸ਼ਾ
ਇਸ ਦੇ ਸਿਸਟਮ ਜਿਹੜਾ ਸਾਡਾ ਸਿਸਟਮ ਹੈਗਾ ਹੈ, ਇਹਦੀ ਵਿਆਕਰਨ ਜਿਹੜੀ ਹੈਗੀ ਹੈ ਕਿਸੇ ਵਿਸ਼ੇਸ਼ ਕਾਲ ਬਿੰਦੂ ਦੇ ਉੱਪਰ ਸਾਰੇ ਭਾਸ਼ਿਕ ਰੂਪ, ਅੰਗ, ਅਰਥ, ਉਸਦੇ ਵਿੱਚ ਜੋ ਜੋ ਚੀਜ਼ਾਂ ਹੈਗੀਆਂ ਵਿਆਕਰਨ ਦੇ ਵਿੱਚ ਇੱਕ ਦੂਜੇ ਦੇ ਨਾਲ ਕਿਵੇਂ ਅੰਤਰ ਸੰਬੰਧਿਤ ਹੈਗੇ ਨੇ, ਇਹ ਸਾਰਾ ਕੁਝ ਕਿਸ ਦੇ ਵਿੱਚ ਆਉਂਦਾ ਹੈ? ਇਕਾਲਕ ਭਾਸ਼ਾ ਵਿਗਿਆਨ ਦੇ ਵਿੱਚ ਭਾਸ਼ਾ ਦੇ ਸੰਬੰਧਾਂ ਦੇ ਇੱਕ ਸਿਸਟਮ ਜਾਂ ਅੰਤਰ ਸੰਬੰਧੀ ਸਿਸਟਮਾਂ ਦੇ ਸੈੱਟ ਵਜੋਂ ਵੀ ਇਸ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਠੀਕ ਹੈ, ਕਿਉਂਕਿ ਇਸ ਦੇ ਵਿੱਚ ਸੰਰਚਨਾਤਮਕ ਦੇ ਵਿੱਚ ਕੀ ਹੁੰਦਾ ਵਾ, ਜਿਵੇਂ ਹੁਣ ਇੱਕ ਰਚਨਾ ਹੈਗੀ ਹੈ ਜਿਸ ਦੇ ਵਿੱਚ ਅਗਰ ਅਸੀਂ ਉਸ ਨੂੰ ਰੂਪ ਦੇ ਆਧਾਰ ਤੇ ਦੇਖੀਏ, ਉਸ ਦੇ ਵਿੱਚ ਬਿੰਬ, ਅਲੰਕਾਰ, ਬੋਲੀ, ਫਿਰ ਉਸ ਵਿੱਚ ਸ਼ਬਦ, ਵਾਤਾਵਰਣ, ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਕੰਮ ਕਰਦੀ ਹੈ। ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਦੇਖਦੇ ਹਾਂ ਕਿ ਇੱਕ ਦੂਜੇ ਦੇ ਨਾਲ ਮਿਲ ਕੇ ਕਿਵੇਂ ਖੂਬਸੂਰਤ ਰਚਨਾ ਸਾਡੇ ਸਾਹਮਣੇ ਰੱਖਦੇ ਆ, ਉਹ ਸਾਡਾ ਫਿਰ ਪੱਖ ਕਿਰ ਵਿੱਚ ਆਉਂਦਾ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਵਿੱਚ। ਸੋ ਭਾਸ਼ਿਕ ਜਿਹੜੀ ਹੈਗੀ ਆ ਸਿਸਟਮ ਹੀ ਭਾਸ਼ਿਕ ਸੰਰਚਨਾ ਹੈ, ਕਿਉਂਕਿ ਆਂਤਰਿਕ ਸੰਰਚਨਾ ਦੇ ਸੰਦਰਭ ਵਿੱਚ ਹੀ ਭਾਸ਼ਾ ਦਾ ਵਿਸ਼ਲੇਸ਼ਣ ਸੰਭਵ ਹੈਗਾ। ਆਂਤਰਿਕ ਸੰਰਚਨਾ ਮਤਲਬ ਜਦੋਂ ਅਸੀਂ ਇਸ ਨੂੰ ਡੀਪਲੀ ਅਧਿਐਨ ਕਰਦੇ ਹਾਂ, ਜਦੋਂ ਕਿਸੇ ਭਾਸ਼ਾ ਨੂੰ, ਫਿਰ ਹੀ ਅਸੀਂ ਸਮਝ ਸਕਦੇ ਹਾਂ ਭਾਸ਼ਾ ਦੇ ਵਿੱਚ ਕੀ ਹੈਗਾ। ਜਿਵੇਂ ਪ੍ਰੇਮ ਪ੍ਰਕਾਸ਼ ਸਿੰਘ ਦੁਆਰਾ ਅਨੁਸਾਰ ਸੰਰਚਨਾਤਮਕ ਵਿਸ਼ਲੇਸ਼ਣ ਪ੍ਰਣਾਲੀ ਤੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਭਾਸ਼ਾ ਦੇ ਸਾਰੇ ਰਚਨਾਤਮਕ ਅੰਗ ਪਰਸਪਰ ਕਿਵੇਂ ਫਿੱਟ ਹੁੰਦੇ ਨੇ, ਕਿ ਭਾਸ਼ਾ ਜਿਹੜੀ ਹੈ ਉਸ ਦੇ ਸਾਰੇ ਅੰਗ ਜਿਵੇਂ ਵਿਆਕਰਨ ਇਕਾਈਆਂ ਆ ਗਈਆਂ, ਦੂਸਰੀਆਂ ਚੀਜ਼ਾਂ ਆ ਗਈਆਂ, ਕਿਵੇਂ ਇੱਕ ਦੂਜੇ ਦੇ ਨਾਲ ਫਿੱਟ ਹੁੰਦੇ ਨੇ, ਕਰਤਾ ਕਰਮ ਕਿਰਿਆ ਇਹ ਨਿਯਮ ਹੈਗਾ ਹੈ ਕਿਸ ਤਰ੍ਹਾਂ ਫਿੱਟ ਹੁੰਦਾ ਹੈ, ਇਹ ਸਭ ਕੁਝ ਸਾਨੂੰ ਵਿਆਕਰਨ ਦੇ ਅੰਦਰ ਹੀ ਸਮਝ ਸਕਦੇ ਹਾਂ। ਸੋ ਸੰਰਚਨਾਤਮਕ ਪਹੁੰਚ ਵਿਧੀ ਜਿਹੜੀ ਇਸ ਗੱਲ ਉੱਪਰ ਜ਼ੋਰ ਦਿੰਦੀ ਹੈ ਕਿ ਭਾਸ਼ਾ ਦੇ ਇਕੱਲੇ ਇਕੱਲੇ ਅੰਗਾਂ ਜਾਂ ਇਕਾਈਆਂ ਇੱਕ ਦੂਜੇ ਤੋਂ ਨਿਖੇੜ ਕੇ ਵਿਸ਼ਲੇਸ਼ਿਤ ਕਰਨ ਨਾਲੋਂ ਇਹਨਾਂ ਦਾ ਸੰਮਿਲਿਤ ਸਮੁੱਚੇ ਤੌਰ ਤੇ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਮਤਲਬ ਹਰ ਇੱਕ ਚੀਜ਼ ਨੂੰ ਅੱਡ ਅੱਡ ਕਰਕੇ ਨਹੀਂ ਵੇਖਣਾ, ਇਹਦੇ ਵਿੱਚ ਹਰ ਇੱਕ ਚੀਜ਼ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਦੇਖਣਾ ਹੈ, ਕਿਵੇਂ ਇੱਕ ਦੂਜੇ ਦੇ ਨਾਲ ਕੰਮ ਕਰਦੇ, ਇਹਨਾਂ ਦਾ ਨਿਕਟ ਰਿਸ਼ਤਾ ਕੀ ਹੈਗਾ ਹੈ, ਤੇ ਭਾਸ਼ਾ ਸੰਬੰਧਾਂ ਦਾ ਇੱਕ ਸਿਸਟਮ ਇੱਥੇ ਮੰਨਿਆ ਹੈ। ਬਲੂਮਫੀਲਡ ਅਤੇ ਉਸਦੇ ਅਨੁਯਾਈਆਂ ਨੇ ਭਾਸ਼ਿਕ ਸੰਰਚਨਾ ਨੂੰ ਇੱਕ ਸੁਨਿਸ਼ਚਿਤ ਢੰਗ ਦੇ ਨਾਲ ਸੰਕਲਪਿਤ ਕਰਨ ਦਾ ਵੀ ਯਤਨ ਕੀਤਾ ਹੈ। ਸੰਰਚਨਾ ਦੀ ਧਾਰਨਾ ਨੂੰ ਵਿਹਾਰਕ ਅਮਲੀ ਸ਼ਕਲ ਦੇਣ ਲਈ ਉਸਨੇ ਫੋਨੀਮ ਦੀ ਵਿਆਖਿਆ ਕੀਤੀ ਹੈ। ਇਹ ਵੀ ਧੁਨੀ ਵਿਉਂਤ ਦੀ ਇੱਕ ਇਕਾਈ ਹੈ। ਇਸ ਤਰ੍ਹਾਂ ਰੂਪ ਵਿਗਿਆਨ ਦੀ ਲਘੂਤਮ ਇਕਾਈ ਸਾਡੇ ਕੋਲ ਛੋਟੀ ਤੋਂ ਛੋਟੀ ਜਿਹੜੀ ਆ ਇਹਦੀ ਮਾਰਫੀਮ ਦੀ ਇਜਾਦ ਕੀਤੀ ਗਈ। ਫਿਰ ਦੋਵੇਂ ਇਕਾਈਆਂ ਫੋਨੀਮ ਤੇ ਮਾਰਫੀਮ ਯਾਨੀ ਕਿ ਧੁਨੀਮ ਤੇ ਰੂਪੀਮ ਭਾਸ਼ਾ ਦੇ ਅਭਿਵਿਅਕਤੀ ਨਾਲ ਸੰਬੰਧਿਤ ਰਾਦਲਾਂ ਦੀਆਂ ਇਕਾਈਆਂ ਹਨ। ਯਾਨੀ ਕਿ ਇਹ ਕੀ ਆਉਂਦੀਆਂ ਭਾਸ਼ਾ ਦੇ ਵਿੱਚ ਇੱਕ ਇਕਾਈਆਂ ਦੇ ਤੌਰ ਤੇ ਆਉਂਦੀਆਂ ਨੇ, ਤੇ ਅਰਥ ਸੰਕਲਪ ਦੀਆਂ ਇਹ ਇਕਾਈਆਂ ਨਹੀਂ ਹੈਗੀਆਂ। ਜੇਕਰ ਅਸੀਂ ਗੱਲ ਕਰੀਏ ਕਿ ਧੁਨੀਮ ਤੇ ਰੁਪੀਮ ਨੂੰ ਅਸੀਂ ਇੱਕ ਅਰਥ ਧੁਨੀ ਜਿਹੜੀ ਹੈਗੀ ਹੈ ਇੱਕ ਕਿਵੇਂ ਪ੍ਰੋਨਾਉਂਸ ਕਰਦੇ ਹਾਂ, ਜਾਂ ਫਿਰ ਰੁਪੀਮ ਹੈਗਾ ਵਾ ਰੂਪ ਦੇ ਆਧਾਰ ਤੇ ਕਿਸ ਤਰ੍ਹਾਂ ਆਉਂਦੀ ਗਈ ਹੈ, ਕਹਿੰਦੇ ਇਹ ਚੀਜ਼ ਨਹੀਂ ਹੈਗੀ ਇੱਥੇ। ਤੇ ਸੰਰਚਨਾਵਾਦੀ ਦੀ ਸਾਰੀ ਸੇਧ ਭਾਸ਼ਿਕ ਉਕਤੀ ਉੱਪਰ ਕੇਂਦਰਿਤ ਹੁੰਦੀ ਹੈ, ਤੇ ਉਹ ਰੂਪਕੀ ਦਾ ਨਾਮ ਆਇਦਾ ਗਾ। ਸੋ ਮੇਨ ਇਸ ਦੇ ਵਿੱਚ ਸਿੰਪਲ ਸਾਰੇ ਪੈਰੇ ਦਾ ਇੱਕੋ ਹੀ ਅਰਥ ਹੈਗਾ ਵਾ ਕਿ ਉਹਨਾਂ ਨੇ ਇੱਥੇ ਭਾਸ਼ਿਕ ਸੰਰਚਨਾ ਦੀ ਧਾਰਨਾ ਨੂੰ ਸਾਹਮਣੇ ਰੱਖਿਆ ਹੈਗਾ। ਉਹਨਾਂ ਨੇ ਇਸ ਦੇ ਵਾਸਤੇ ਫੋਨੀਮ ਦੀ ਵਿਆਖਿਆ ਕੀਤੀ ਹੈ। ਫੋਨੀਮ ਧੁਨੀਮ ਦਾ ਇੱਕ ਇਕਾਈ ਆ ਜਾਂਦੀ ਹੈ। ਫਿਰ ਰੂਪ ਵਿਗਿਆਨ ਦੇ ਲਘੂਤਮ ਜਿਹੜੀ ਇਕਾਈ ਆਉਂਦੀ ਸਾਡੇ ਕੋਲ ਮੋਰਫੀਮ। ਫਿਰ ਦੋਨੇ ਜਿਹੜੇ ਹੈਗੇ ਆ ਭਾਸ਼ਾ ਦੀ ਵਿਅਕਤੀ ਨਾਲ ਸੰਬੰਧਿਤ ਰਾਤਲਾਂ ਦੀਆਂ ਇਕਾਈਆਂ ਨੇ, ਨਾ ਕਿ ਅਰਥ ਦੇ ਨਾਲ। ਇਹ ਫੋਨੀਮ ਤੇ ਮਾਰਫੀਮ ਜਿਹੜੇ ਹੈਗੇ ਨੇ ਇਹ ਭਾਸ਼ਾ ਦੇ ਨਾਲ ਰਿਲੇਟਡ ਹੈਗੀਆਂ ਨੇ, ਨਾ ਕਿ ਅਰਥ ਸੰਕਲਪ ਦੇ ਨਾਲ ਰਿਲੇਟਡ। ਉਸ ਤੋਂ ਬਾਅਦ ਸੋਸੀਓ ਦੁਆਰਾ ਚਿਤਵਿਆ ਸੰਰਚਨਾ ਦਾ ਸੰਕਲਪ ਇਹ ਵਾਲਾ ਰਹਿਣ ਦੋ। ਇੰਨਾ ਕੁ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਵਰਣਾਤਮਕ ਦੇ ਸੰਰਚਨਾ ਦੇ ਵਿੱਚ ਕੀ ਗਵਾ ਕਿ ਜਿੰਨੀਆਂ ਵੀ ਇਕਾਈਆਂ ਹੁੰਦੀਆਂ ਨੇ ਭਾਸ਼ਾ ਦੇ ਵਿੱਚ, ਜਿੰਨੇ ਵੀ ਅੰਗ ਕੰਮ ਕਰਦੇ ਨੇ, ਸਾਰਿਆਂ ਦਾ ਇੱਕ ਦੂਸਰੇ ਦੇ ਨਾਲ ਰਿਲੇਸ਼ਨ ਦੇਖਣਾ ਹੁੰਦਾ, ਨਾ ਕਿ ਉਸਨੂੰ ਅੱਡੋ ਅੱਡ ਵੇਖਣਾ। ਉਸ ਤੋਂ ਬਾਅਦ ਕਾਲਕ੍ਰਮਿਕ ਤੇ ਇਕਾਲਿਕ ਭਾਸ਼ਾ ਵਿਗਿਆਨ ਆਇੰਦਾ ਗਵਾ। ਇਸ ਦੇ ਸੰਸਥਾਪਕ ਆਉਂਦੇ ਸੋਸੀਓਰ, ਉਸ ਨੂੰ ਆਧੁਨਿਕ ਭਾਸ਼ਾ ਦਾ ਅਸੀਂ ਜਨਮਦਾਤਾ ਵੀ ਕਿਹਾ ਹੈਗਾ ਵਾ। ਜੌਨ ਲਾਈਨਸ ਨੇ ਲਿਖਿਆ ਹੈ ਜੇਕਰ ਆਧੁਨਿਕ ਭਾਸ਼ਾ ਵਿਗਿਆਨ ਦਾ ਨਿਰਮਾਤਾ ਕਿਸੇ ਇੱਕ ਵਿਅਕਤੀ ਨੂੰ ਮੰਨਣਾ ਹੋਵੇ ਤਾਂ ਸੋਸੀਓ ਹੀ ਹੈਗਾ। ਹੁਣ ਉਸ ਦੀਆਂ ਪ੍ਰਮੁੱਖ ਸਥਾਪਨਾਵਾਂ ਸਾਡੇ ਕੋਲ ਕੀ ਆਈਆਂ? ਭਾਸ਼ਾ ਇੱਕ ਸਮਕਾਲਿਕ ਤੇ ਸਜੀਵ ਵਸਤੂ ਹੈ, ਸਿਰਫ ਇਤਿਹਾਸਿਕ ਤੇ ਕਾਲਕ੍ਰਮਿਕ ਵਿਕਾਸ ਦੀ ਪ੍ਰਕਿਰਿਆ ਨਹੀਂ ਹੈਗੀ, ਤੇ ਇਸ ਦਾ ਸਹੀ ਅਧਿਐਨ ਮੌਖਿਕ ਭਾਸ਼ਾ ਹੈਗਾ, ਨਾ ਕਿ ਲਿਖਤੀ ਰੂਪ ਦੇ ਵਿੱਚ ਅਸੀਂ ਇਸ ਨੂੰ ਦੇਖ ਸਮਝ ਸਕਦੇ ਹਾਂ ਜ਼ਿਆਦਾ ਤਰੀਕੇ ਦੇ ਨਾਲ। ਭਾਸ਼ਾ ਦੀ ਆਂਤਰਿਕ ਸੰਰਚਨਾ ਦਾ ਵਿਸ਼ਲੇਸ਼ਣ ਹੀ ਭਾਸ਼ਾ ਦਾ ਅਧਿਐਨ ਹੈਗਾ। ਮਤਲਬ ਭਾਸ਼ਾ ਦੀ ਅੰਦਰੂਨੀ ਜਿਹੜੀ ਸੰਰਚਨਾ ਹੈਗੀ ਹੈ
ਉਸਦਾ ਮੇਨ ਅਧਿਐਨ ਹੀ ਭਾਸ਼ਾ ਦਾ ਅਧਿਐਨ ਆਇੰਦਾ ਹੈਗਾ। ਉਸ ਤੋਂ ਇਲਾਵਾ ਸੋਸਿਉਰ ਨੇ ਇੱਕ ਸਮਾਜਿਕ ਵਰਤਾਰਾ ਹੈ, ਇਸ ਨੂੰ ਸਿਰਫ ਭੌਤਿਕ ਸਥੂਲ ਲੱਛਣਾਂ ਨਾਲ ਇੱਕ ਸਮੁੱਚ ਨਾ ਸਮਝੋ, ਸਮਾਜਿਕ ਪਿਛੋਕੜ ਵਿੱਚ ਵੀ ਵੇਖਣਾ ਚਾਹੀਦਾ ਹੈਗਾ। ਯਾਨੀ ਕਿ ਭਾਸ਼ਾ ਅਸੀਂ ਸਮਾਜ ਦੇ ਵਿੱਚ ਰਹਿ ਕੇ ਸਿੱਖਦੇ ਗਏ ਹਾਂ, ਇੱਕ ਦੂਸਰੇ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਗਏ ਹਾਂ, ਸੋ ਇਹ ਸਮਾਜਿਕ ਵਰਤਾਰੇ ਦੇ ਤੌਰ ਤੇ ਵੀ ਆਉਂਦੀ ਗਈ ਆ। ਹੁਣ ਦੇਖੋ, ਸੋਸੀਓ ਨੇ ਜਿਹੜੇ ਸਾਨੂੰ ਸੰਕਲਪ ਦਿੱਤੇ ਸੀ ਉਸਦੇ ਵਿੱਚ ਚਿਹਨ ਤੇ ਚਿਹਨਤ, ਲੜੀਦਾਰ ਤੇ ਕੜੀਦਾਰ, ਲੋਕ ਤੇ ਪਰੋਲ, ਇਕਾਲਕ ਦੁੱਖ ਤੇ ਕਾਲਕ੍ਰਮਿਕ ਸਾਰੇ ਆਉਂਦੇ ਗਏ ਨੇ। ਸੋ ਸੋਸੀਓ ਅਨੁਸਾਰ ਭਾਸ਼ਾ ਜਿਹੜੀ ਹੈਗੀ ਹੈ ਇੱਕ ਚਿੰਨ੍ਹਾਂ ਦਾ ਸਿਸਟਮ ਹੈਗਾ ਵਾ, ਬਾਕੀ ਜਿਹੜਾ ਹੈਗਾ ਵਾ ਓਕੇ। ਸੋ ਇਹ ਜਿਹੜਾ ਹੈਗਾ ਵਾ, ਇਹਨਾਂ ਨੇ ਆਪਣੇ ਜਿਹੜੇ ਇੱਥੇ ਵਿਚਾਰ ਦੱਸੇ ਆ, ਜੋ ਕਿ ਮੈਂ ਇੰਨਾ ਨਹੀਂ ਪੜ੍ਹਾਉਣਾ ਹੈਗਾ, ਠੀਕ ਹੈ। ਬਾਕੀ ਅਸੀਂ ਜਿੰਨੇ ਵੀ ਪੜ੍ਹਿਆ ਹੈਗਾ ਵਾ, ਆਈ ਹੋਪ ਤੁਹਾਨੂੰ ਸਮਝ ਦੇ ਵਿੱਚ ਲੱਗ ਗਈ ਹੋਏਗੀ। ਲਾਸਟ ਵਾਲਾ ਪੈਰਾ ਅਸੀਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਸੋਸਿਓ ਨੇ ਭਾਸ਼ਾ ਵਿਗਿਆਨਿਕ ਸੰਕਲਪਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੋਇਆ ਡੇਵਿਡ ਕ੍ਰਿਸਟਲ ਲਿਖਦਾ ਹੈ ਕਿ ਕਾਲਕ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਅਧਿਐਨ ਦਾ ਅਧਿਐਨ ਇੱਕ ਕਾਲ ਬਿੰਦੂ ਤੇ ਕੀਤਾ ਜਾਂਦਾ ਹੈ। ਇਸ ਵਿੱਚ ਭਾਸ਼ਾ ਦੀ ਸਮਕਾਲੀ ਸਥਿਤੀ ਦਾ ਵਰਣਨ ਹੁੰਦਾ ਹੈ ਤੇ ਭਾਸ਼ਿਕ ਸਥਿਤੀ ਵਿੱਚ ਜੋ ਪਰਿਵਰਤਨ ਵਿਆਪ ਰਹੇ ਨੇ ਉਸ ਨੂੰ ਅਣਗੋਲੇ ਹੀ ਰਹਿਣ ਦਿੱਤਾ ਜਾਂਦਾ। ਮਤਲਬ ਇਸ ਦੇ ਵਿੱਚ ਜੋ ਅੱਜ ਦੀ ਪ੍ਰੈਜੈਂਟ ਸਥਿਤੀ ਹੈਗੀ ਹੈ ਇੱਕ ਭਾਸ਼ਾ ਦੀ, ਉਹ ਵੀ ਦੇਖਿਆ ਜਾਂਦਾ ਹੈਗਾ ਵਾ। ਇਹ ਚੀਜ਼ ਨਹੀਂ ਦੇਖੀ ਜਾਂਦੀ ਹੈਗੀ ਇਸ ਦੇ ਵਿੱਚ ਕਿ ਕੀ ਪਰਿਵਰਤਨ ਆ ਰਹੇ ਨੇ ਭਾਸ਼ਾ ਦੇ ਵਿੱਚ, ਇਹ ਚੀਜ਼ ਨਹੀਂ ਆਉਂਦੀ ਕਿਹਦੇ ਵਿੱਚ, ਇਕਾਲਕ ਦੇ ਵਿੱਚ, ਠੀਕ ਹੈ। ਯਾਨੀ ਕਿ ਇੱਕ ਕਾਲ ਬਿੰਦੂ ਤੇ ਇਸ ਨੂੰ ਦੇਖਿਆ ਜਾਂਦਾ ਹੈ, ਇਹ ਨਹੀਂ ਦੇਖਿਆ ਜਾਂਦਾ ਇਸ ਦੇ ਵਿੱਚ ਕੀ ਪਹਿਲੋਂ ਪਰਿਵਰਤਨ ਸੀ, ਹੁਣ ਕੀ ਪਰਿਵਰਤਨ ਆ ਰਿਹਾ, ਇਹ ਚੀਜ਼ ਇੱਥੇ ਨਹੀਂ ਹੁੰਦਾ। ਇਕਾਲਕ ਦਾ ਭਾਵ ਹੈ ਕਿ ਭਾਸ਼ਾ ਦੀ ਸਮਕਾਲੀ ਸਥਿਤੀ, ਪ੍ਰੈਜੈਂਟ ਕੀ ਹੈਗਾ ਭਾਸ਼ਾ ਦਾ। ਦੂਜੀ ਤਰ੍ਹਾਂ ਕਾਲਕ੍ਰਮਿਕ ਦੇ ਵਿੱਚ ਆ ਜਾਂਦਾ ਭਾਸ਼ਾਵਾਂ ਦਾ ਅਧਿਐਨ, ਉਹਨਾਂ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਕੀਤਾ ਜਾਂਦਾ। ਮਤਲਬ ਇੱਕ ਭਾਸ਼ਾ ਪਹਿਲੋਂ ਕੀ ਸੀ, ਹੁਣ ਕੀ ਉਸਦੀ ਸਥਿਤੀ ਹੈਗੀ ਹੈ, ਇਹ ਜਿਹੜਾ ਹੈਗਾ ਵਾ ਇਸ ਦੇ ਵਿੱਚ ਆ ਜਾਂਦਾ। ਸੋ ਸਿੰਪਲ, ਬਹੁਤ ਜ਼ਿਆਦਾ ਜਾਣਿਆਂ ਨੂੰ ਨਾ ਇਸ ਚੀਜ਼ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਵਾਲਾ ਚੀਜ਼ ਸਮਝਣ ਤੇ, ਕਾਲਕ੍ਰਮਿਕ ਤੇ ਇਕਾਲਕ ਕੀ ਹੁੰਦਾ। ਇਕਾਲਕ ਦੇ ਵਿੱਚ ਹੁੰਦਾ ਜਿਵੇਂ ਹੁਣ ਮੈਂ ਸਿਰਫ 2021 ਦੇ ਬਾਰੇ ਇੱਕ ਜਸਟ ਐਗਜ਼ਾਮਪਲ ਹੈਗੀ ਆ, ਪਰ ਇੰਨਾ ਥੋੜਾ ਸਮਾਂ ਨਹੀਂ ਹੁੰਦਾ, ਸਮਾਂ ਥੋੜਾ ਜਿਹਾ ਜ਼ਿਆਦਾ ਲੈ ਕੇ ਹੀ ਉਹ ਵੇਖਦੇ ਨੇ। ਜਸਟ 2020 ਦਾ ਸਮੇਂ ਦੇ ਵਿੱਚ ਇੱਕ ਸਾਲ ਦੇ ਵਿੱਚ ਭਾਸ਼ਾ ਦੀ ਮੌਜੂਦਾ ਸਥਿਤੀ ਕੀ ਸੀ, ਸਿਰਫ ਮੈਂ ਉਹ ਸਮਝਣਾ ਹੈ। ਇਸ ਦੇ ਵਿੱਚ 2019 ਦੇ ਨਾਲੋਂ ਕੀ ਫਰਕ ਆਇਆ, ਇਹ ਮੈਂ ਚੀਜ਼ ਕਦੀ ਨਹੀਂ ਦੇਖਣੀ। ਇਹ ਆਇੰਦਾ ਇੱਕ ਇਕਾਲਕ ਦੇ ਰੂਪ ਦੇ ਵਿੱਚ। ਕਾਲਕ੍ਰਮਿਕ ਦੇ ਵਿੱਚ ਆਇੰਦਾ ਜਦੋਂ ਮੈਂ ਵੇਖਾਂ ਕਿ 2019 ਦੇ ਵਿੱਚ ਭਾਸ਼ਾ ਦੇ ਕੀ ਸ਼ਬਦ ਸੀ ਤੇ ਉਹ ਸ਼ਬਦ 2020 ਦੇ ਵਿੱਚ ਕਿਵੇਂ ਪਰਿਵਰਤਨ ਹੋ ਗਏ, ਉਹਨਾਂ ਦੇ ਵਿੱਚ ਕਿਸ ਬਿਹਾਵ ਦੇ ਉੱਤੇ ਚੇਂਜਸ ਆਏ ਨੇ, ਇਹ ਜਿਹੜਾ ਆ ਗਿਆ ਕਾਲਕ੍ਰਮਿਕ ਦੇ ਵਿੱਚ ਆਇਆ ਹੈਗਾ ਵਾ, ਠੀਕ ਹੈ। ਤੋ ਇਹ ਚੀਜ਼ ਅਸੀਂ ਇਹਦੇ ਵਿੱਚ ਦੇਖਦੇ ਹਾਂ ਜੋ ਕਿ ਅਸੀਂ ਇਕਾਲਕ ਦੇ ਵਿੱਚ ਨਹੀਂ ਦੇਖਦੇ। ਆਈ ਹੋਪ ਅੱਜ ਦਾ ਟੌਪਿਕ ਵਧੀਆ ਲੱਗਾ ਹੋਏਗਾ, ਸਮਝ ਲੱਗ ਗਈ ਹੋਗੀ। ਬਾਕੀ ਜਿਹੜੇ ਟੌਪਿਕ ਹੋਣਗੇ ਨੈਕਸਟ ਦੇ ਵਿੱਚ ਪੜ੍ਹਾ ਦਾਂਗੀ। ਸੋ ਵੀਡੀਓਜ਼ ਦੇਖਦੇ ਰਹੋ, ਅਨਅਕੈਡਮੀ ਤੇ ਵੀ ਅੱਜ ਦੀ ਕਲਾਸ ਦੇਖਣਾ ਨਾ ਸਾਰਿਆਂ ਨੇ ਜਿਨ੍ਹਾਂ ਨੇ ਨਹੀਂ ਦੇਖਿਆ ਹੋਏਗੀ। ਬਾਕੀ ਲਿੰਕ ਜਿਹੜਾ ਹੋਏਗਾ, ਜਿਹੜੀਆਂ ਕਲਾਸਾਂ ਹੁੰਦੀਆਂ ਨੇ ਆਪਣੇ ਮੈਸੇਜ ਦੇ ਵਿੱਚ ਵੀ ਚੈੱਕ ਕਰਿਆ ਕਰੋ, ਜਿਹੜੇ ਰੋਜ਼ ਮੈਸੇਜ ਆਉਂਦੇ ਨੇ ਮੇਰੇ ਕਮਿਊਨਿਟੀ ਦੇ ਉੱਤੇ। ਸੋ ਉਹ ਚੀਜ਼ਾਂ ਜ਼ਰੂਰ ਤੁਸੀਂ ਦੇਖ ਲਿਆ ਕਰੋ। ਉਹਨਾਂ ਵਿੱਚ ਵੀ ਕਈ ਵਾਰੀ ਚੀਜ਼ਾਂ ਮੈਂ ਛੱਡ ਦਿੰਦੀ ਹੁੰਦੀ ਹਾਂ ਟੌਪਿਕ ਜਾਂ ਫਿਰ ਕਈ ਹੋਰ ਲਿੰਕ, ਸੋ ਉੱਥੇ ਜਾ ਕੇ ਤੁਸੀਂ ਜ਼ਰੂਰ ਉਸਨੂੰ ਚੈੱਕ ਕਰਿਆ ਕਰੋ। ਬਾਕੀ ਜਿਨ੍ਹਾਂ ਨੇ ਅਨਅਕੈਡਮੀ ਤੇ ਜਾਂ ਦੂਸਰੀਆਂ ਚੀਜ਼ਾਂ ਦੇ ਉੱਤੇ ਜੁਆਇਨ ਹੋਣਾ ਹੈ, ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ। ਥੈਂਕ ਯੂ।